neet ਦੇ ਪਿਛਲੇ ਸਾਲਾਂ ਦੇ ਕੁਐਸਚਨ ਸੋਲਵ ਕਰਾਂਗੇ ਇਸ ਵਾਰ ਥੋੜਾ ਜਿਹਾ ਪਰਵਰਤਨ ਹੈ ਕਿ ਟੌਪਿਕ ਵਾਈਜ਼ ਕੀਤਾ ਜਾਏਗਾ ਹੈਰਿਡੀਟੀ ਤੇ এনवायरमेंट ਟੌਪਿਕ ਲਿਆ ਗਿਆ ਹੈ ਪਿਛਲੇ ਸਾਲ ਦੇ ਪੇਪਰ ਵਿੱਚ ਜੋ ਕੁਐਸਚਨ ਆ ਚੁੱਕੇ ਨੇ ਉਹ ਸਾਹਮਣੇ ਰੱਖਾਂਗਾ ਉਹਦੇ ਨਾਲ ਰਿਲੇਟਡ ਜੋ ਕੰਪਲੈਕਸ ਜਾਂ ਡਿਫਿਕਲਟ ਇਨਫਰਮੇਸ਼ਨ ਹੋਏਗੀ ਜਾਂ ਟੀਚਿੰਗ ਲਰਨਿੰਗ ਪੁਆਇੰਟਸ ਸਾਡੇ ਲਈ ਅਗਲੇ ਪੇਪਰ ਵਿੱਚ ਕਮ ਆ ਸਕਦੇ ਨੇ ਜਿਹਦੇ ਐਮਸੀਕਿਊ ਕੁਐਸਚਨਸ ਦੇ ਬਣਨਗੇ ਉਹ ਨਾਲ ਨਾਲ ਡਿਸਕਸ ਕਰਾਂਗੇ ਜੇਕਰ ਤੁਸੀਂ ਪਿਛਲੇ ਸਾਲ ਦੇ ਪੇਪਰ ਪੀਐਸਟੈਟ ਸਾਰੇ ਹੀ ਲੈਣਾ ਚਾਹੁੰਦੇ ਹੋ learntoactualize.com ਤੇ ਜਾ ਕੇ ਲੈ ਸਕਦੇ ਹੋ ਸਿਰਫ 100 ਰੁਪਏ ਦੇ ਜੇ ਤੁਸੀਂ ਆਨਲਾਈਨ ਐਕਟਿਵ ਕੋਰਸ ਲੈਣਾ ਚਾਹੁੰਦੇ ਹੋ 600 ਰੁਪਏ ਦਾ ਹੈ ਜਿਸ ਵਿੱਚ ਸੀਡੀਪੀ ਪੰਜਾਬੀ ਇੰਗਲਿਸ਼ ਸ਼ਾਮਿਲ ਹੈ ਦੂਸਰੇ ਜਿਹੜੇ ਸਬਜੈਕਟ ਨੇ ਸੋਸ਼ਲ ਸਾਇੰਸ ਦੇ ਉਹ ਵੀ ਨਾਲ ਫ੍ਰੀ ਵਿੱਚ ਟੀਚ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜੇਕਰ ਐਸਐਸਟੀ ਦੇ ਪਿਛਲੇ ਪੇਪਰ ਸਾਰੇ ਨਾਲ ਲੈਣੇ ਹਨ ਔਰ ਸੀਡੀਪੀ ਪੰਜਾਬੀ ਇੰਗਲਿਸ਼ ਲੈਣੇ ਨੇ 150 ਰੁਪਏ ਦਾ ਪੈਕ ਹੈ ਸੋ ਫਰਸਟ ਕੁਐਸਚਨ ਸਾਡੇ ਕੋਲ ਹੈ ਵਿਚ ਆਫ ਦੀ ਫਾਲੋਇੰਗ ਇਜ਼ ਨਾਟ ਅ ਜਨਰਲ ਲਾ ਆਫ ਹੈਰਿਡਿਟੀ ਸੋ ਔਖੇ ਕੁਐਸਚਨਾਂ ਦੇ ਵਿੱਚੋਂ ਹੈ ਏ ਕੋ ਕਿਹੜਾ ਨਹੀਂ ਹੈ ਹੁਣ ਜਿਹੜਾ ਹੈ ਪ੍ਰੋਗਰੈਸ਼ਨ ਉਨਤੀ ਦਾ ਜੇਕਰ ਸਿੱਧਾ ਪੜੇ ਹੋਏ ਨੇ ਤੇ ਸਾਨੂੰ ਪਤਾ ਹੈ ਕਿ ਉੱਤਰ ਇਹੀ ਹੈ ਜੇਕਰ ਸਾਨੂੰ ਨਹੀਂ ਪਤਾ ਤਾਂ ਅਸੀਂ ਲੱਭਣਾ ਹੈ ਤੇ ਅਸੀਂ ਆਡ ਮੈਨ ਆਊਟ ਦੇਖ ਸਕਦੇ ਹਾਂ ਹੁਣ ਹੈਰਿਡਿਟੀ ਹੈ ਕਿ ਕਿ ਪੇਰੈਂਟਸ ਨੇ ਮੰਮੀ ਪਾਪਾ ਠੀਕ ਤੇ ਉਹਨਾਂ ਦਾ ਬੱਚਾ ਕੀ ਉਹਨਾਂ ਵਰਗਾ ਹੁੰਦਾ ਹੈ ਫਿਜ਼ੀਕਲ ਟ੍ਰੇਟ ਜਾਂ ਮੈਂਟਰਲ ਟ੍ਰੇਟ ਉਹਨਾਂ ਵਰਗੇ ਹੁੰਦੇ ਨੇ ਜੇ ਉਹਨਾਂ ਵਰਗੇ ਹੁੰਦੇ ਨੇ ਇਹ ਸਿਧਾਂਤ ਚੱਲ ਰਿਹਾ ਹੈ ਤੇ ਲਾਈਕ ਬਿਗ ਗੈਟ ਸਾਈਕ ਜਿਵੇਂ ਮਾਪੇ ਉਹੋ ਜਿਹਾ ਬੱਚਾ ਅ ਤੇ ਵੇਰੀਏਸ਼ਨ ਨਹੀਂ ਮਾਪੇ ਲੰਬੇ ਸੀ ਬੱਚੇ ਦਾ ਕਦ ਉਨਾ ਲੰਬਾ ਨਹੀਂ ਹੋਇਆ ਵੇਰੀਏਸ਼ਨ ਓਕੇ ਰੀਗਰੈਸ਼ਨ ਰਿਗਰੈਸ਼ਨ ਦਾ ਮਤਲਬ ਹੈ ਕਿ ਜਿਹੜੇ ਟ੍ਰੇਟ ਇਹਨਾਂ ਦੇ ਨੇਮ ਫਾਰ ਐਗਜ਼ਾਮਪਲ ਹਾਈਟ ਹੈ ਹਾਈਟ ਜਿਹੜੀ ਹੈ ਐਵਰੇਜ ਜਿਹੜੀ ਹਾਈਟ ਹੈ ਬੱਚੇ ਦੀ ਉਧਰ ਮੂਵ ਕਰ ਰਹੀ ਹੈ ਐਵਰੇਜ ਇਸ ਦਾ ਕ੍ਰਾਈਟੇਰੀਆ ਹੈ ਫਾਰ ਐਗਜ਼ਾਮਪਲ ਕਿ ਐਵਰੇਜ ਹਾਈਟ ਜੇ ਪੰਜਾਬੀਆਂ ਦੀ ਮੰਨ ਲਓ 6 ਫੁੱਟ ਹੈ ਹਨਾ ਤੇ ਮਾਪੇ ਇਹ ਜਿਹੜੇ ਨੇ ਇਹ 6 ਫੁੱਟ ਤੋਂ 2 ਇੰਚ ਘੱਟ ਨੇ ਤੇ ਪ੍ਰੋਬੈਬਿਲਟੀ ਹੈ ਕਿ ਐਵਰੇਜ ਹਾਈਟ ਵੱਲ ਜਾਣਗੇ ਜੇ ਮਾਪੇ 6 ਫੁੱਟ ਤੋਂ 2 ਇੰਚ 1 ਇੰਚ ਵਧ ਨੇ ਐਗਜ਼ਾਮਪਲ ਲੈ ਕੇ ਚੱਲੇ ਆ 6 ਫੁੱਟ ਦੇ ਐਵਰੇਜ ਹਾਈਟ ਪੰਜਾਬ ਦੀ ਨਹੀਂ ਹੈ ਸਿਰਫ ਐਵਰੇਜ ਲੈ ਕੇ ਜਾ ਰਹੇ ਆ ਕਿਉਂਕਿ ਐਵਰੇਜ ਹੈ ਪਹਾੜੀ ਲੋਕਾਂ ਦੀ ਤੁਸੀਂ ਨੇਪਾਲ ਦੇ ਲੋਕਾਂ ਦੀ ਐਵਰੇਜ ਹਾਈਟ ਤੁਸੀਂ ਦੇਖੋ ਡਾਊਨ ਹੁੰਦੀ ਹੈ ਪੁਲਿਸ ਵਿੱਚ ਭਰਤੀ ਹੋਣੀ ਹੈ ਉਹਦੇ ਹੁੰਦੀ ਹੈ ਤੇ ਉੱਥੇ ਡਾਊਨ ਐਲੀਜੀਬਿਲਟੀ ਹੈ ਇੱਥੇ ਪੰਜਾਬ ਦੀ ਐਲੀਜੀਬਿਲਟੀ ਹੋਰ ਹੋएगी ਹਾਂ ਇੰਗਲੈਂਡ ਅਮਰੀਕਾ ਦੀ ਕੁਝ ਹੋਰ ਹੋएगी ਜੀਓਗ੍ਰਾਫੀਕਲ ਰੀਜਨ ਦਾ ਫਰਕ ਹੁੰਦਾ ਹੈ ਸੋ ਇਹ ਜਿਹੜੇ ਨੇ ਤਿੰਨ ਜਿਹੜੇ ਨੇ जनरल लॉ ने प्रोग्रेशन क्यों की नहीं है नॉट पूछा गया है दैट इज व्हाई राइट आंसर ए वाला है आगे चलते हैं ਇਜ਼ੀ ਕੁਐਸਚਨ ਅੰਚ ਉਸੀ ਇਹ ਨੇਚਰ ਐਂਡ ਨਰਚਰ ਡਿਬੇਟ ਰੈਫਰਸ ਟੂ ਹੁਣ ਦੂਸਰਾ ਕੁਐਸਚਨ ਬਾਰ ਬਾਰ ਕਿਸੇ ਵੇਲੇ ਹੈਰਿਡੀਟੀ এনवायरमेंट ਸ਼ਬਦ ਵਰਤਿਆ ਜਾਂਦਾ ਹੈ ਕਿਸੇ ਵੇਲੇ ਨੇਚਰ ਐਂਡ ਨਰਚਰ ਪੰਜਾਬੀ ਵਿੱਚ ਇਹ ਤੇ ਜੀਨ ਤੇ ਵਾਤਾਵਰਣ ਇਸ ਦੀ ਟ੍ਰਾਂਸਲੇਸ਼ਨ ਹੋਈ ਹੈ ਔਰ ਸੌਰੀ ਨਹੀਂ ਇਹਦੀ ਟ੍ਰਾਂਸਲੇਸ਼ਨ ਇੱਥੇ ਨਹੀਂ ਹੈ ਸੋ ਨੇਚਰ ਦਾ ਮਤਲਬ ਹੈ ਕੁਦਰਤ ਜੋ ਮਾਪਿਆਂ ਤੋਂ ਆਣਾ ਹੈ ਉਹ ਜੀਨਸ ਆਣੇ ਨੇ ਹੈਰਿਡੀਟੀ ਓਕੇ ਹੈਰਿਡੀਟੀ ਦੇ ਕੈਰੀਅਰਸ ਕੀ ਨੇ ਕੁਐਸਚਨ ਨਾਰਮਲੀ ਇਵਨ UGC NET ਵਿੱਚ ਵੀ ਪੁੱਛਿਆ ਜਾਂਦਾ ਹੈ ਹੈਰੀਡਿਟੀ ਦੇ ਕੈਰੀਅਰ ਮਤਲਬ ਹੈਰੀਡਿਟੀ ਕਿਹੜੀ ਚੀਜ਼ ਨਿਰਧਾਰਤ ਕਰਦੀ ਹੈ ਆਨਸਰ ਉਹਦਾ ਜੀਨ ਹੁੰਦਾ ਹੈ ਸੋ ਹੈਰੀਡਿਟੀ ਜੀਨਸ ਜਾਂ ਨੇਚਰ ਜਦੋਂ ਆਂਦਾ ਹੈ ਇਹਨਾਂ ਨੂੰ ਯਾਦ ਕਰ ਲੈਣਾ ਹੈ ਨਰਚਰ ਪਾਲਣਾ ਇਟ ਮੀਨਸ এনवायरमेंट ਉਹਦੇ ਵਿੱਚ ਕੀ ਹੈ এডਿਕੇਸ਼ਨ ਤੁਹਾਡੀ ਸਮੇਂ ਸ਼ਾਮਿਲ ਹੈ ਪੇਰੈਂਟਿੰਗ ਸ਼ਾਮਿਲ ਹੈ ਬੱਚੇ ਨੂੰ ਸਟੀਮੂਲੇਟਿੰਗ এনवायरमेंट ਜਿਹੜਾ ਦਿੱਤਾ ਜਾਂਦਾ ਹੈ ਕਿੰਨੀਆਂ ਬੁੱਕਸ ਮਿਲਦੀਆਂ ਕਿਸ ਤਰ੍ਹਾਂ ਦਾ ਸੋਸ਼ੀਅਲ ਇਕਨੋਮਿਕ ਸਟੇਟਸ এনवायरमेंट ਦਿੱਤਾ ਜਾਂਦਾ ਹੈ ਨਾ ਉਹ ਉਹਦਾ ਪ੍ਰਭਾਵ ਹੁੰਦਾ ਹੈ ਸੋ ਇਹਨਾਂ ਇਹਨਾਂ ਦੇ ਇੰਟਰ ਇੰਟਰੈਕਸ਼ਨ ਨੂੰ ਨੋਰਮਲੀ ਉਹ ਆਨਸਰ ਸਾਰੇ ਸਹੀ ਹੁੰਦੇ ਨੇ ਜਿਹੜੇ ਇਹਦੇ ਇੰਟਰੈਕਸ਼ਨ ਦੀ ਗੱਲ ਕਰਦੇ ਨੇ ਕਿ ਡਿਵੈਲਪਮੈਂਟ ਹੈ ਚਾਈਲਡ ਡਿਵੈਲਪਮੈਂਟ ਅਸੀਂ ਕਰ ਰਹੇ ਹਾਂ ਨਾ ਚਾਈਲਡਹੂਡ ਡਿਵੈਲਪਮੈਂਟ ਤੇ ਕਿਸ ਦਾ ਅਸਰ ਹੁੰਦਾ ਹੈ ਨੇਚਰ ਦਾ ਨਰਚਰ ਦਾ ਜਾਂ ਦੋਨਾਂ ਦਾ ਇੰਟਰੈਕਸ਼ਨ ਅੱਛਾ ਇਹ ਜਮਾ ਨਹੀਂ ਹੈ ਇੰਟਰੈਕਸ਼ਨ ਹੈ ਇਸ ਦੀ ਗੱਲ ਅੱਗੇ ਚਲ ਕੇ ਵੀ ਕਰਾਂਗੇ ਸੋ ਇਹ ਵਾਲਾ ਨਿਸ਼ਾਨ ਰਾਈਟ ਹੋਏਗਾ ਐਡੀਟਿਵ ਨਹੀਂ ਹੈ ਸੋ ਨੇਚਰ ਨਰਚਰ ਦਾ ਮਤਲਬ ਕੀ ਹੈ ਸਿਰਫ ਇੱਥੇ ਇਨਾ ਪੁੱਛਿਆ ਹੈ ਐਕਸਪਲੇਨ ਵੈਸੇ ਮੈਂ ਸਾਰਾ ਕਰ ਦਿੱਤਾ ਹੈ ਫਿਰ ਵੀ ਇਹਦੇ ਵਿੱਚੋਂ ਲੱਭ ਸਕਦੇ ਹਾਂ ਐਕਸਰਸਾਈਜ਼ ਕਰ ਸਕਦੇ ਹਾਂ ਜੀਨ ਐਂਡ এনवायरमेंट ਆ ਗਿਆ ਸਾਡੇ ਕੋਲ ਜੈਨੇਟਿਕ ਐਂਡ এনवायरमेंट ਰਾਈਟ ਆਨਸਰ ਆ ਗਿਆ ਹੈ ਬਿਹੇਵੀਅਰ ਐਂਡ এনवायरमेंट ਨਹੀਂ ਬਿਹੇਵੀਅਰ ਕੀ ਹੈ ਕਿ ਜਿਹੜੀਆਂ ਮੇਰੀਆਂ ਮੂਵਮੈਂਟਸ ਐ ਮੈਂ ਹਿਲਾਣਾ ਉਸ ਨੂੰ ਕਹਿੰਦੇ ਆ ਬਾਇਓਲੋਜੀ ਨਹੀਂ ਇਹ ਵੀ ਨਹੀਂ ਬਣ ਰਿਹਾ এনवायरमेंट ਐਂਡ ਅਪਬ੍ਰਿੰਗ ਦੋਨੇ ਹੀ এনवायरमेंट ਐ এনवायरमेंट ਐ ਅਪਬ੍ਰਿੰਗ ਵੀ এনवायरमेंट ਐ ਪਰਵਰਿਸ਼ ਐਸੀ ਬੱਚੇ ਦੀ ਕਿੱਦਾਂ ਕਰਦੇ ਆ ਸੋ ਪਹਿਲਾ ਰਾਈਟ ਆਨਸਰ ਐ ਈਜ਼ੀ ਕੁਐਸਚਨ ਪਿਛਲੇ ਸਾਲਾਂ ਚ ਜੁੜੇ ਆਏ ਹੋਣੇ ਐ ਗੁੱਡ ਹੈ ਕਿ ਨੋਟ ਨੂੰ ਵੱਡਾ ਕੀਤਾ ਹੈ ਜੇ ਨਹੀਂ ਕੀਤਾ ਹੋਣਾ ਤਾਂ ਆਪ ਕਰ ਲੈਣਾ ਹੈ ਫੋਰ ਐਗਜ਼ਾਮਪਲ ਇਸ ਨੂੰ ਕਿ ਮੇਰੇ ਧਿਆਨ ਵਿੱਚ ਰਹੇ ਵਿੱਚ ਮੈਥਡ ਇਜ਼ ਨਾਟ ਵੈਲਿਡ ਟੂ ਸਟੱਡੀ ਦ ਰੋਲ ਆਫ ਹੈਰਿਡਿਟੀ ਅਸੀਂ ਜਾਣਦੇ ਹਾਂ ਹੈਰਿਡਿਟੀ ਕੀ ਹੈ ਹੁਣੀ ਗੱਲ ਕੀਤੀ ਹੈ ਹੈਰਿਡਿਟੀ ਦਾ ਸੰਬੰਧ ਮਾਪਿਆਂ ਨਾਲ ਹੈ ਇਹ ਇੱਥੇ ਲਿਖ ਲੈਣੇ ਹਾਂ ਚਲੋ ਇੱਥੇ ਬਣਾ ਲੈਣੇ ਹਾਂ ਡਰਾ ਕਰ ਲੈਣੇ ਹਾਂ ਬਣ ਜਾ ਯਾਰ ਇਦਾਂ ਬਣੇਗਾ ਓਕੇ ਇਹ ਹੋ ਗਏ ਮੰਮੀ ਜੀ ਇਹ ਹੋ ਗਏ ਪਾਪਾ ਜੀ ਪਾਪਾ ਜੀ ਥੋੜੇ ਵੱਡੇ ਹੁੰਦੇ ਨਾ ਮੇਲ ਫੀਮੇਲ ਦੀ ਉਹ ਹਾਈਟ ਦਾ ਵੀ ਫਰਕ ਹੁੰਦਾ ਤੇ ਨੇਚਰਲੀ ਹੈ ਕਿ ਇਹਨਾਂ ਤੋਂ ਜੀਨਸ ਜਿਹੜੇ ਪਾਸ ਹੋਏ ਐ ਕਿ ਨੂੰ ਇਹਨਾਂ ਦੇ ਬੱਚੂ ਨੂੰ ਜਿਹੜੇ ਹਨ ਇਹਦੀ ਸਟਡੀ ਕਰਨੀ ਆ ਸੋ ਟਵਿਨ ਸਟਡੀ ਟਵਿਨ ਕੀ ਹੁੰਦਾ ਹੈ ਟਵਿਨ ਹੁੰਦਾ ਹੈ ਮਮਮੀ ਦਾ ਜੋ ਐਗ ਸੈੱਲ ਹੈ ਰਿਲੀਜ਼ ਹੋਇਆ ਹਨਾ ਕਈ ਵਾਰੀ ਦੋ ਇਹ ਦੋ ਸੈੱਲ ਰਿਲੀਜ਼ ਹੋ ਜਾਂਦੇ ਆ ਦੋ ਸੈੱਲ ਇਹ ਦੋ ਸੈੱਲ ਇੱਕ ਤੇ ਦੋ ਇਧਰੋਂ ਸਪਰਮ ਜਿਹੜਾ ਹੈ ਇਨਾ ਮਿਲਦਾ ਹੈ ਦੂਜਾ ਮਿਲਦਾ ਹੈ ਇਸ ਨੂੰ ਫਰੇਟਰਨਲ ਟਵਿਨ ਕਹਿੰਦੇ ਨੇ ਇਹਨਾਂ ਦੇ ਵਿੱਚ ਸਿਮਿਲੈਰਿਟੀ ਹੋਏਗੀ ਲੇਕਿਨ ਆਈਡੈਂਟੀਕਲ ਟਵਿਨਸ ਹੁੰਦੇ ਨੇ ਜਦੋਂ ਇੱਕ ਹੀ ਸੈੱਲ ਹੁੰਦਾ ਹੈ ਸੈੱਲ ਇੱਕ ਹੈ ਇਹ ਇੱਥੇ ਇੱਕ ਸੈੱਲ ਹੈ ਬਾਈ ਚਾਂਸ ਉਹ ਸਪਲਿਟ ਹੋ ਜਾਂਦਾ ਹੈ ਤੇ ਸਪਰਮ ਉਸ ਨੂੰ ਮਿਲਦੇ ਨੇ ਹੁਣ ਕਿਉਂਕਿ ਇੱਕ ਐਗ ਸੈੱਲ ਚੋਂ ਹੀ ਇਹ ਦੋ ਬਣਦੇ ਨੇ ਇਸ ਨੂੰ ਆਈਡੈਂਟੀਕਲ ਟਵਿਨਸ ਕਹਿੰਦੇ ਹਨ ਇਹ ਸਭ ਤੋਂ ਵੱਧ ਜੀਨਸ ਸ਼ੇਅਰ ਕਰਦੇ ਹੋ ਸਕਦੇ ਨੇ that is why twin study is most important in order to ਇਵੈਲੂਏਟ ਦਾ ਇਫੈਕਟ ਆਫ ਹੈਰੀਡਿਟੀ ਜੀਨਸ ਦੇ ਹੈਰੀਡਿਟੀ ਦੇ ਨੇਚਰ ਦੇ ਜਿਹੜੇ ਹੈ ਉਹ ਸਟੱਡੀ ਕਰਨ ਲਈ ਸਭ ਤੋਂ ਜ਼ਿਆਦਾ ਇਹ ਹੈ ਕਿਉਂਕਿ ਨੇਚਰਲੀ ਟਵਿਨਸ ਜਿਹੜੇ ਬਣਦੇ ਨੇ ਤਾਂ ਅਸੀਂ ਆਪ ਕੁਝ ਨਹੀਂ ਬਣਾ ਸਕਦੇ ਕੁਦਰਤ ਨੇ ਸਾਨੂੰ ਦਿੱਤਾ ਹੈ ਫਰੈਟਰਨਲ ਤੇ ਆਇਡੈਂਟੀਕਲ ਟਵਿਨਸ ਉਸ ਤੋਂ ਅੱਗੇ ਥੋੜੀ ਵੇਰੀਏਸ਼ਨ ਹੋਰ ਆ ਜਾਂਦੀ ਜਿਹੜੇ ਸਿਬਲਿੰਗ ਹੁੰਦੇ ਭੈਣ ਭਰਾ ਹਨਾ ਅੱਗੇ ਪਿੱਛੇ ਹੋਏ ਆ ਦੋ ਦੋ ਤਿੰਨ ਤਿੰਨ ਸਾਲ ਬਾਅਦ ਜਿਹੜੇ ਹੋਏ ਆ ਇਹ ਤਾਂ ਇੱਕੋ ਵਕਤ ਜਨਮ ਲੈਂਦੇ ਨੇ ਸੋ ਇਹਨਾਂ ਵਿੱਚ ਜੀਨਸ ਮੈਕਸ ਉਹਨੂੰ ਸ਼ੇਅਰ ਕਰਦੇ ਨੇ ਪੇਰੈਂਟਸ ਚਾਈਲਡ ਐਨਾਲਿਸਿਸ ਇੱਥੇ ਸਿੱਧਾ ਬਣਦਾ ਹੈ ਪੇਰੈਂਟਸ ਚਾਈਲਡ ਐਨਾਲਿਸਿਸ ਕਿ ਇਹਨਾਂ ਵਿੱਚ ਕਿੰਨੀ ਸਿਮਿਲੈਰਿਟੀ ਹੈ ਇਹ ਇਹਨਾਂ ਦੀ ਹਾਈਟ ਤੇ ਇਹਨਾਂ ਦੀ ਹਾਈਟ ਇਹਨਾਂ ਦੀ ਅੱਖਾਂ ਇਹਨਾਂ ਦੀਆਂ ਅੱਖਾਂ ਇਹਨਾਂ ਦੇ ਮੈਂਟਲ ਆਈਕਿਊ ਜਾਂ ਮੈਂਟਲ ਟ੍ਰੇਟ ਤੇ ਬੱਚੇ ਦਾ ਹਨਾ ਇਹ ਐਨਾਲਿਸਿਸ ਚ ਕਰ ਸਕਦੇ ਹਾਂ ਹਾਂ ਵੀ ਇਹ ਵੀ ਮੰਨ ਸਕਦੇ ਹਾਂ ਜੇਕਰ ਸਾਨੂੰ ਉੱਤਰ ਨਹੀਂ ਪਤਾ ਤਾਂ ਅਸੀਂ ਇਦਾਂ ਸੋਚ ਸਕਦੇ ਹਾਂ ਅਡਾਪਸ਼ਨ ਸਟਡੀ ਹੈ ਕਿ ਬੱਚਾ ਗੋਦ ਆਹ ਦੇਖੋ ਬੱਚਾ ਗੋਦ ਲਿਆ ਹੈ ਮੇਰੇ ਖਿਆਲ ਚ ਇਹਨੂੰ ਹੁਣ ਉੜਾ ਦਿੱਤਾ ਜਾਵੇ ਦਿਖਾਈ ਨਹੀਂ ਦਿੰਦਾ ਹੈ ਫਰ ਐਗਜ਼ਾਮਪਲ ਇੱਕ ਜਿਹੜੇ ਨੇ ਬੱਚੇ ਨੂੰ ਗੋਦ ਲੈ ਕੇ ਦੂਜੇ এনवायरमेंट ਚ ਪਾਲਿਆ ਜਾਂਦਾ ਹੈ ਹੈਨਾ ਇੱਕ ਨੂੰ ਜਿਹੜੇ ਬਾਇਓਲੋਜੀਕਲ ਮਾਪੇ ਆ ਉਹਨਾਂ ਵੱਲੋਂ ਪਾਇਆ ਜਾਂਦਾ ਹੈ ਫਿਰ ਉਹਨਾਂ ਦੇ ਟ੍ਰੇਟ ਫਰ ਐਗਜ਼ਾਮਪਲ ਆਈਕਿਊ ਥੋੜੇ ਸਾਲਾਂ ਬਾਅਦ ਕੰਪੇਅਰ ਕੀਤਾ ਜਾਂਦਾ ਹੈ ਸਿਮਿਲਰ ਹੈ ਜਾਂ ਡਿਫਰੈਂਟ ਹੈ ਸੋ ਇਹ ਸਟੱਡੀਜ਼ ਵੀ ਹੁੰਦੀਆਂ ਹਨ ਸੋ ਬਚ ਗਈ ਕਿਹੜੀ ਹੈ ਜੇ ਕੁਝ ਵੀ ਨਹੀਂ ਪਤਾ ਲੱਗਦਾ ਤਾਂ ਪੀਅਰ ਨਾਲ ਜੀਨਸ ਦਾ ਕੋਈ ਸੰਬੰਧ ਨਹੀਂ ਹੈ ਕਿਉਂਕਿ ਪੀਅਰਸ ਕਿਹੜੇ ਨੇ ਫਰੈਂਡ ਫਰੈਂਡ ਕਿਸੇ ਹੋਰ ਮਾਪਿਆਂ ਦੇ ਪੁੱਤਰ ਨੇ ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਉਹਦੇ ਵਿੱਚ ਹੈਰਿਡਿਟੀ ਨੂੰ ਸਟੱਡੀ ਕੀਤਾ ਹੀ ਨਹੀਂ ਜਾ ਸਕਦਾ ਸਿਰਫ ਇਕੱਲਾ ਸ਼ਬਦ ਆਨਸਰ ਲੈ ਕੇ ਚੱਲ ਰਿਹਾ ਹੈ ਹੈਰਿਡਿਟੀ ਦਾ ਸੰਬੰਧ ਮਾਪਿਆਂ ਨਾਲ ਐਨਸਿਸਟਰ ਨਾਲ ਪੂਰਵਜਾਂ ਨਾਲ ਦਾਦੀ-ਦਾਦਿਆਂ ਨਾਲ ਹੈ ਫਰੈਂਡਸ ਨਾਲ ਕੋਈ ਨਹੀਂ ਹੈ ਦੂਜੇ ਰਿਸ਼ਤੇਦਾਰਾਂ ਬਲੱਡ ਰਿਲੇਸ਼ਨ ਹੋ ਸਕਦਾ ਹੈ ਲੇਕਿਨ ਪੀਅਰਸ ਬਲੱਡ ਰਿਲੇਸ਼ਨ 'ਚ ਨਹੀਂ ਆਉਂਦੇ ਅ ਨੈਕਸਟ ਹੈ ਬਾਈ ਡੈਫੀਨੇਸ਼ਨ uh, which of the following uh, uh, plays a most important role uh, in social development ਹੇਠ ਲਿਖਿਆਂ ਵਿੱਚੋਂ ਕਿਹੜਾ ਜਿਹੜਾ ਹੈ ਸਮਾਜਿਕ ਵਿਕਾਸ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਰੋਲ ਅਦਾ ਕਰਦਾ ਹੈ ਬੱਚੇ ਦੇ ਵਿਕਾਸ ਲਈ ਹੁਣ ਸਮਾਜਿਕ ਵਿਕਾਸ ਜਿਹੜਾ ਆਪਣੇ ਆਪ 'ਚ ਜਦੋਂ ਹੀ ਹੈ ਤੇ ਉਹ ਵਾਤਾਵਰਣ ਹੈ ਇਹ ਵਾਤਾਵਰਣ ਜਿਸ ਨੂੰ ਅਸੀਂ ਕਹਿ ਦਿੰਨੇ ਹਾਂ ਨਰਚਰ 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 ਹਨ ਸੋ ਨਰਚਰ ਨਾਲ ਕਿਹੜਾ ਮਿਲਦਾ ਹੈ ਹੈਰਿਡਿਟੀ ਉਸਦੇ ਬਿਲਕੁਲ ਉਲਟ ਹੈ ਨਹੀਂ ਆਏਗਾ ਨਰਚਰ ਆ ਜਾਂਦਾ ਹੈ ਇਸ ਤੇ ਸ਼ੱਕ ਕੀਤਾ ਜਾਵੇ ਟੀਚਰ ਤੇ ਸ਼ੱਕ ਕੀਤਾ ਜਾਵੇ ਗੇਮਸ ਸੋ ਪਹਿਲਾ ਅਸੀਂ ਤੁੱਕਾ ਲਾਇਆ ਕਿ ਜਿਹੜਾ ਸੋਸ਼ਲ ਡਿਵੈਲਪਮੈਂਟ ਹੈ ਏ ਹੈਰਿਡਿਟੀ ਨੂੰ ਇਸ ਵਿੱਚ ਡਿਲੀਟ ਕਰਦੇ ਹਾਲਾਂਕਿ ਹੈਰਿਡਿਟੀ ਵੀ ਕਿਉਂਕਿ ਸੋਸ਼ਲ ਹੋਣਾ ਇੱਕ ਇੱਕ ਜੀਨਸ ਦੇ ਫੈਕਟਸ ਤੋਂ ਵੀ ਹੁੰਦਾ ਕਿ ਨਵੀਆਂ ਸਟੱਡੀਆਂ ਇਹ ਦੱਸ ਰਹੀਆਂ ਨੇ ਠੀਕ ਪਰ ਇੱਥੇ ਕਿਉਂਕਿ ਅਸੀਂ ਉੱਤਰ ਲੱਭਣਾ ਹੈ ਕਿ ਮੋਸਟ ਸਭ ਤੋਂ ਜ਼ਿਆਦਾ ਇਟ ਮੀਨਸ ਹੈਰਿਡਿਟੀ ਸਭ ਤੋਂ ਕੱਟ ਕਰੇਗੀ ਕਿਉਂਕਿ ਸੋਸ਼ਲ ਲਰਨਿੰਗ ਸਮਾਜ ਵਿੱਚ ਹੋਏਗੀ ਉਹ ਮਾਂ ਦੇ ਗਰਭ ਚ ਨਹੀਂ ਹੋਏਗੀ ਕਨਸੈਪਸ਼ਨ ਵੇਲੇ ਨਹੀਂ ਹੋਏਗੀ ਗਰਭ ਧਾਰਨ ਵੇਲੇ ਨਹੀਂ ਹੋਏਗੀ ਇਹ ਸਾਰਾ ਕੁਝ ਉਹਦੇ ਨਾਲ ਸੰਬੰਧਿਤ ਹੈ ਹੁਣ education of the parents uh, पढ़े लिखे हैं वो uh, टीचर और गेम्स एक क्रिटिकल क्वेश्चन बन जाता है मोस्ट इंपॉर्टेंट रोल सोशल डेवलपमेंटली जेते इथे ए एजुकेशनल प्रोसेस हुंदी है ना फिर उस नु टिक कर दे लेकिन बच्चे पढ़े uh, मापे पढ़े लिखे ने ते ओना दा असर सोशल uh, होने ते हो जाएगा ਪੜੇ ਲਿਖੇ ਮਾਪੇ ਵੀ ਵਾਇਲੈਂਟ ਹੋ ਸਕਦੇ ਹੈ ਮਤਲਬ ਜਿਹੜੇ ਹੈ ਨੋਨ ਐਕਸੈਪਟੇਬਲ ਟ੍ਰੇਟ ਜਿਹੜੇ ਨੇ ਉਹਨਾਂ ਵਿੱਚ ਹੋ ਸਕਦੇ ਨੇ ਸੋ ਇਹ ਨਹੀਂ ਹੋ ਸਕਦਾ ਟੀਚਰਸ ਟੀਚਰਸ ਦੇ ਬਾਰੇ ਹੁਣ ਸਿੱਧਾ ਇੰਟਰੈਕਸ਼ਨ ਦੀ ਗੱਲ ਇੱਥੇ ਨਹੀਂ ਕੀਤੀ ਗਈ ਸਿਰਫ ਗੇਮਸ ਬਚਦੀਆਂ ਨੇ ਜਿਹਦੇ ਵਿੱਚ ਸਿੱਧਾ ਬੱਚਾ ਇੰਟਰਐਕਟ ਕਰਦਾ ਹੈ ਹੁੰਦਾ ਕੀ ਹੈ ਗੇਮਸ ਦੇ ਵਿੱਚ ਕੁਝ ਰੂਲਸ ਹੁੰਦੇ ਨੇ ਉਹ ਰੂਲਸ ਜਿਹੜੇ ਨੇ ਸੋਸਾਇਟੀ ਨੂੰ ਸੋਸ਼ਲ ਲਾਈਫ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਬੱਚੇ ਰੂਲਸ ਨੂੰ ਫਾਲੋ ਕਰਦੇ ਆ ਔਰ ਉਸੇ ਨੂੰ ਸਮਾਜ ਵਿੱਚ ਅਪਲਾਈ ਕਰਦੇ ਆ that is why ਕਿਡਾਂ ਨੂੰ ਸਭ ਤੋਂ ਇੰਪੋਰਟੈਂਟ ਜਿਹੜਾ ਹੈ ਮੋਸਟ ਇੰਪੋਰਟੈਂਟ ਰੋਲ ਇਨ ਸੋਸ਼ਲ ਡਿਵੈਲਪਮੈਂਟ ਇੱਥੇ ਮੰਨਿਆ ਗਿਆ ਹੈ ਜਿਹੜਾ ਰਾਈਟ ਆਨਸਰ ਉਹਨਾਂ ਵੱਲੋਂ ਦਿੱਤਾ ਗਿਆ ਹੈ ਅ ਨੈਕਸਟ ਚੱਲਦੇ ਹਾਂ ਇਹ ਕ੍ਰਿਟੀਕਲ ਕੁਐਸਚਨ ਹੋ ਸਕਦਾ ਹੈ ਕਿਉਂਕਿ ਅੱਛਾ ਟੀਚਰ ਜਿਹੜਾ ਹੈ ਉਹ ਬਹੁਤ ਸੋਸ਼ਲ ਹਾਂ ਪੇਰੈਂਟਸ ਦੇ ਦਾ ਸੋਸ਼ਲ ਜ਼ਿਆਦਾ ਹੋਣਾ ਜੋ ਬਹੁਤ ਸੋਸ਼ਲ ਨਹੀਂ ਇਥੇ ਐਜੂਕੇਸ਼ਨ ਹੈ ਜਿਆਦਾ ਸੋਸ਼ਲ ਹੋਣਾ ਹਾਂ ਫਿਰ ਹੋ ਸਕਦਾ ਹੈ ਪੇਰੈਂਟਸ ਦੀ ਕੋਈ ਐਕਟੀਵਿਟੀ ਦਿੱਤੀ ਹੁੰਦੀ ਫਿਰ ਸੋਸ਼ਲ ਡਿਵੈਲਪਮੈਂਟ ਤੇ ਪ੍ਰਭਾਵ ਹੋ ਸਕਦਾ ਹੈ ਏ ਟੀਚਰਸ ਦੀ ਕੋਈ ਐਕਟੀਵਿਟੀ ਦਿੱਤੀ ਹੁੰਦੀ ਫਿਰ ਉਹਦਾ ਪ੍ਰਭਾਵ ਹੋ ਸਕਦਾ ਹੈ ਸੋ ਇਹ ਕੰਪੀਟ ਕਰ ਰਹੇ ਨੇ ਲੇਕਿਨ ਰਾਈਟ ਆਨਸਰ ਗੇਮਸ ਵੱਲ ਜਾ ਰਿਹਾ ਹੈ ਉਹਨਾਂ ਵੱਲੋਂ ਅ ਵਟ ਆਰ ਦਾ ਮੇਨ ਟੂ ਇਫੈਕਟਸ ਆਫ ਔਨ ਚਾਈਲਡ ਡਿਵੈਲਪਮੈਂਟ ਦੋ ਕਿਹੜੇ ਪ੍ਰਭਾਵ ਨੇ ਜਿਹੜੇ ਸਭ ਤੋਂ ਜ਼ਿਆਦਾ ਬੱਚੇ ਤੇ ਪੈਂਦੇ ਹਨ ਕਲਚਰ ਤੇ ਸੋਸਾਇਟੀ ਦਾ ਪੈਂਦਾ ਹੈ ਸਾਈਕੋਲੋਜੀ ਤੇ ਸੋਸ਼ੀਓਲੋਜੀ ਦਾ ਇਹ ਤਾਂ ਸਬਜੈਕਟ ਨੇ ਇਹ ਨਹੀਂ ਆ ਸਕਦੇ ਨਾ ਮਨੋਵਿਗਿਆਨ ਤੇ ਸਮਾਜ ਸ਼ਾਸਤਰ ਦੇਖੋ ਕਿ ਕੁਝ ਡਿਸਟਰਕਟਰ ਜਿਹੜੇ ਡਿਸਟਰਕਟਰ ਮੀਨ ਰੋਂਗ ਆਨਸਰ ਰੋਂਗ ਆਨਸਰ ਸਾਫ਼ ਪਤਾ ਲੱਗ ਜਾਂਦੇ ਨੇ ਨੇਚਰ ਤੇ ਨਰਚਰ ਇੱਕ ਤਾਂ ਅਸੀਂ ਵੀਡੀਓ ਹੀ ਉਹ ਬਣਾ ਰਹੇ ਹਾਂ ਨੇਚਰ ਤੇ ਨਰਚਰ ਦੂਸਰਾ ਹਮੇਸ਼ਾ ਨੇਚਰ ਨਰਚਰ ਹੈਰਿਡਿਟੀ ਐਨਵਾਇਰਨਮੈਂਟ ਜਿੱਥੇ ਇਕੱਠੇ ਆਉਂਦੇ ਨੇ ਅਟੈਕ ਕਰਦੇ ਹੋ 90% ਉਸ ਨੂੰ 99% ਉਸ ਨੂੰ ਸਹੀ ਮੰਨਣਾ ਹੈ ਜੇ ਮੰਨ ਲਓ ਜੇ ਸਾਨੂੰ ਉੱਤਰ ਨਹੀਂ ਵੀ ਆਉਂਦਾ ਤੇ ਅਸੀਂ ਕਿੱਦਾਂ ਲੱਭਣਾ ਹੈ ਹੁਣ ਇਹ ਸਬਜੈਕਟ ਦੇ ਨਾਮ ਲਿਖ ਦਿੱਤੇ ਇਹ ਡਰਾਮਾ ਤੇ ਆਰਟ ਲਿਖਤੇ ਡਰਾਮੇ ਨਾਲ ਕਿਤੇ ਸਭ ਤੋਂ ਜ਼ਿਆਦਾ ਇਫੈਕਟ ਹੋ ਸਕਦਾ ਹੈ ਹਾਂ ਸੋ ਇਹ ਵੀਕ ਨੇ ਹਾਂ ਕਲਚਰ ਦਾ ਹੋ ਸਕਦਾ ਸੋਸਾਇਟੀ ਦਾ ਬਹੁਤ ਹੋ ਸਕਦਾ ਪਰ ਇਹ ਦੋਨੋਂ ਅਸਪੈਕਟ ਇਹ ਇਹ ਵਾਲਾ ਜਿਹੜਾ ਆਪਸ਼ਨ ਵੀ ਕਿਉਂ ਬਣ ਗਿਆ ਕਿ ਦੋਨੋਂ ਹੀ এনवायरमेंट ਨੂੰ ਨਰਚਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਵਾਤਾਵਰਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਇਹ ਦੱਸ ਰਹੇ ਨੇ ਵਾਤਾਵਰਨ ਹੈਨਾ ਹੈਰਿਡੀਟੀ ਦਾ ਵੀ ਪ੍ਰਭਾਵ ਪੈਂਦਾ ਹੈ ਸੋ ਐਚ ਇੱਥੇ ਮਿਸ ਹੈ ਦੈਟ ਇਜ਼ ਵਾਈ ਏ ਵੀ ਵੀਕ ਤੇ ਰੋਂਗ ਆਨਸਰ ਪਾਰਸ਼ਲ ਹੋ ਗਿਆ ਅੱਧਾ ਠੀਕ ਅੱਧਾ ਗਲਤ ਹੈ ਲੇਕਿਨ ਇਹਦੇ ਵਿੱਚ ਦੋਨੇ ਆਨਸਰ ਸਹੀ ਨਹੀਂ ਦੈਟ ਇਜ਼ ਵਾਈ ਤੀਜਾ ਉੱਤਰ ਸਹੀ ਹੈ ਅੱਗੇ ਚੱਲਦੇ ਹਾਂ ਹਾਂ ਅ ਪਿਛੇ ਮੈਂ ਦੱਸਿਆ ਨਹੀਂ ਹੈ ਕੁਝ ਅਡਾਪਸ਼ਨ ਸਟੱਡੀਜ਼ ਜਿਹੜੀਆਂ ਨੇ ਜੇ ਉਹਦੇ ਹਿੰਟ ਮੈਂ ਲਿਖੇ ਹੋਏ ਤੇ ਉਹ ਦੇਖ ਲੈਣੇ ਚਾਹੀਦੇ ਨੇ ਤੁਹਾਨੂੰ ਟਵਿਨ ਸਟੱਡੀਜ਼ ਠੀਕ ਹੈ ਦੋ ਟਵਿਨਸ ਕੰਪੇਅਰ ਕੀਤੇ ਜਾਂਦੇ ਨੇ ਜਾਂ ਆਈਡੈਂਟੀਕਲ ਜਾਂ ਫ੍ਰੈਟਰਨਲ ਠੀਕ ਤੇ ਉਹਨਾਂ ਨੂੰ ਦੇਖਿਆ ਜਾਂਦਾ ਹੈ ਵੱਖਰੇ ਵੱਖਰੇ ਵਾਤਾਵਰਣ ਚ ਪਾਲ ਕੇ ਕਿ ਉਹਨਾਂ ਦਾ ਆਈਕਿਊ ਜਾਂ ਉਹਨਾਂ ਦੇ ਬਾਕੀ ਟ੍ਰੇਟ ਸੇਮ ਨੇ ਜੇ ਸਿਮਿਲੈਰਿਟੀ ਆਂਦੀ ਹੈ ਇਹ ਗੱਲ ਕਰ ਰਹੇ ਹਾਂ ਅਡਾਪਸ਼ਨ ਸਟੱਡੀ ਇਹ ਦਿਖਾ ਰਿਹਾ ਹਾਂ ਕਿ ਜਿਹੜੇ ਵੈਲਿਡ ਮੈਥਡ ਆਫ ਸਟਡੀ ਜਾਂ ਰਿਸਰਚ ਦੇ ਨੇ ਹੈਰਿਡਿਟੀ ਨੂੰ ਸਟਡੀ ਕਰਨ ਲਈ ਐਪੀਜੈਨੇਟਿਕ ਇਹਨੇ ਸੀ ਕੀਤਾ ਐਡ ਕਰ ਸਕਦੇ ਆ ਇੱਥੇ ਕੁਐਸਚਨ ਆ ਸਕਦਾ ਹੈ ਹਨਾ ਫਾਰ ਐਗਜ਼ਾਮਪਲ ਸਟਡੀ ਹਾਊ ਦਾ এনवायरमेंट ਇਫੈਕਟ ਜੀਨਸ ਐਕਸਪ੍ਰੈਸ਼ਨ ਅ ਐਪੀਜੈਨੇਟਿਕ ਸਟੱਡੀਆਂ ਦੱਸਦੀਆਂ ਨੇ ਕਿ ਵਾਤਾਵਰਣ ਦਾ ਪ੍ਰਭਾਵ ਬੱਚੇ ਦੇ ਜੀਨਸ ਤੋਂ ਜੋ ਉਹਨੂੰ ਮਿਲਿਆ ਹੈ ਉਤੇ ਕਿਵੇਂ ਪੈਂਦਾ ਹੈ ਅ ਇਥੇ ਐਗਜ਼ਾਮਪਲ ਲਈ ਹੈ ਕਿ ਇੱਕ ਬੱਚੇ ਨੂੰ 슈ਗਰ ਹੈ ਮੰਨ ਲਓ ਕਿਉਂਕਿ ਜੀਨਸ ਤੁਸੀਂ ਡਾਕਟਰ ਕੋ ਜਾਨਦੇ ਹੋ ਤਾਂ ਪੁੱਛਦਾ ਹੈ ਡਾਕਟਰ ਕਿ ਤੁਹਾਡੇ ਮੰਮੀ ਪਾਪਾ ਜਾਂ ਉਹਨਾਂ ਵਿਰਾਸਤ ਵਿੱਚ ਕਿੰਨਿਆਂ ਨੂੰ 슈ਗਰ ਸੀ ਹੈਨਾ ਸੋ ਇਹ ਜੀਨਸ ਦੇ ਨਾਲ ਰਿਲੇਟਡ ਹੈ ਹੈਰਿਡਿਟੀ ਨਾਲ ਰਿਲੇਟਡ ਹੈ ਹੁਣ ਇੱਕ ਬੱਚੇ ਨੂੰ ਹੈਰਿਡਿਟੀ ਤੋਂ 슈ਗਰ ਦੇ ਜੀਨਸ ਮਿਲੇ ਨੇ ਉਹਨੂੰ 슈ਗਰ ਹੋ ਹੋ ਗਈ ਜਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਲੇਕਿਨ ਅੱਛਾ এনवायरमेंट ਦੇ ਕੇ ਪਰੇਜ਼ ਕਰਕੇ ਉਹ ਵਾਲੀਆਂ ਚੀਜ਼ਾਂ ਆਯੁਰਵੇਦ ਦੀਆਂ ਹੋਣ ਜਾਂ ਐਲੋਪੈਥਿਕ ਦੀਆਂ ਕਿਸੇ ਦੀਆਂ ਵੀ ਹੋਣ ਉਹ ਖਾ ਕੇ ਅੱਛੀ ਖੁਰਾਕ ਖਾ ਕੇ ਉਹਦੇ 슈ਗਰ ਦੇ ਇਫੈਕਟ ਨੂੰ ਰੋਕਿਆ ਜਾ ਸਕਦਾ ਹੈ ਸੋ ਅੱਛੇ ਵਾਤਾਵਰਨ ਨਾਲ ਅਸੀਂ ਜੀਨਸ ਦੇ ਇਫੈਕਟ ਨੂੰ ਰੋਕ ਲਿਆ ਇਹ ਐਪੀਜੈਨੇਟਿਕ ਹੈ ਸੋ ਇਸ ਨੂੰ ਯਾਦ ਐਪੀ ਨੂੰ ਯਾਦ ਰੱਖਣਾ ਹੈ ਐਪੀ ਮੀਨ ਇਨਹੇਰੈਂਟ api inherited genetic traits ਉਸ ਦਾ ਇਫੈਕਟ ਹੈ ਨਾ ਸੋ ਇਹ ਦੂਸਰੇ ਤਰ੍ਹਾਂ ਯਾਦ ਇਸ ਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਹਾਂ ਕਿ e ਤੋਂ এনवायरमेंट ਦਾ ਇਫੈਕਟ এনवायरमेंट ਦਾ ਇਫੈਕਟ ਔਨ ਹੈਰਿਡੀਟੀ ਹੈਰਿਡੀਟੀ ਤੇ ਨਹੀਂ ਇਫੈਕਟ ਹੋਏਗਾ ਹੈਰਿਡੀਟੀ ਦੇ ਟ੍ਰੇਟਸ ਜੋ ਮਿਲੇ ਉੱਤੇ ਇਫੈਕਟ ਹੋਏਗਾ ਇਸ ਤਰ੍ਹਾਂ ਯਾਦ ਕੀਤਾ ਜਾ ਸਕਦਾ ਹੈ ਕੁਐਸਚਨ ਪੁੱਛਿਆ ਜਾ ਸਕਦਾ ਹੈ ਅ ਅੱਗੇ ਚੱਲਦੇ ਹਾਂ ਜਿਹੜਾ ਐਡ ਔਨ ਕਰ ਰਹੇ ਸੀ ਹਾਂ ਫ੍ਰੈਂਸਿਕ ਗੈਲਟਨ ਇਹ ਕੁਐਸਚਨ ਜ਼ਿਆਦਾ ਇੰਪੋਰਟੈਂਟ ਹੈ ਪੁੱਛਿਆ ਜਾ ਸਕਦਾ ਹੈ ਕਿ ਨੇਚਰ ਤੇ ਨਰਚਰ ਦੀ ਹੈਰਿਡੀਟੀ ਤੇ এনवायरमेंट ਦੀ ਜਾਂ ਨੇਚਰ ਤੇ ਨਰਚਰ ਦੀ ਡਿਬੇਟ ਸਭ ਤੋਂ ਪਹਿਲਾਂ ਸ਼ੁਰੂ ਕਿਹਨੇ ਕੀਤੀ ਸੀ ਇੰਟਰੋਡਿਊਸ ਕੀਤੀ ਸੀ ਕਿ ਇਹਨਾਂ ਕਿ ਹੈਰਿਡੀਟੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਬੱਚੇ ਦੀ ਡਿਵੈਲਪਮੈਂਟ ਨੂੰ ਜਾਂ ਵਾਤਾਵਰਣ ਕਰਦਾ ਹੈ ਉਹਦੇ ਉੱਤਰ ਕੌਣ ਹੈ ਕਿ ਗੈਲਟਨ ਨੇ ਇਹ ਇਹ ਸਟੱਡੀ ਜਿਹੜੀ ਸੀ ਸੌਰੀ ਇਹ ਜਿਹੜੀ ਡਿਬੇਟ ਸ਼ੁਰੂ ਕੀਤੀ ਸੀ ਔਰ ਦੂਸਰੀ ਗੱਲ ਕਿ ਇਹ ਜੇ ਇੰਟੈਲੀਜੈਂਸ ਕੁਐਸਚਨ ਆ ਸਕਦਾ ਹੈ ਕਿ ਇੰਟੈਲੀਜੈਂਸ ਇਜ਼ ਲਾਰਜਲੀ ਇਨਹੈਰਿਡ ਮਤਲਬ ਕਿ ਆਈਕਿਊ ਸਾਡਾ ਵਧੇਰੇ ਕਰਕੇ ਹੈਰਿਡਿਟੀ ਦੁਆਰਾ ਪ੍ਰਭਾਵਿਤ ਹੁੰਦਾ ਹੈ ਕਿ ਕੌਣ ਇਹਦੇ ਮਤ ਵਿੱਚ ਹੈ ਇਦੇ ਫੇਵਰ ਵਿੱਚ ਹੈ ਗੈਲਟਨ ਨੇ ਕਿਹਾ ਸੀ ਕਿ ਇਹ ਮਾਪੇ ਜਾਂ ਵਿਰਾਸਤ ਵਿੱਚੋਂ ਹੀ ਜ਼ਿਆਦਾ ਹੁੰਦਾ ਹੈ এনवायरमेंट ਦਾ ਬਹੁਤ ਘੱਟ ਇਫੈਕਟ ਹੁੰਦਾ ਹੈ ਪਿਛਲੀਆਂ ਥਿਉਰੀਆਂ ਸਭ ਇਹੀ ਕਹਿ ਰਹੀਆਂ ਸੀ ਅੱਛਾ ਜਿੰਨੀ ਇਹ ਥਿਉਰੀ ਮੰਨੀ ਜਾਏਗੀ ਓਨੀ ਐਜੂਕੇਸ਼ਨ ਦੀ ਇੰਪੋਰਟੈਂਸ ਘਟਦੀ ਹੈ ਦੈਟ ਇਜ਼ ਵਾ ਕਿ ਜੇ ਐ এনवायरमेंट ਦਾ ਇਫੈਕਟ ਜਿੱਥੇ ਵੀ ਹੋਏਗਾ ਉੱਥੇ ਐਜੂਕੇਸ਼ਨ ਕੰਮ ਆਏਗੀ ਤੁਸੀਂ ਐਜੂਕੇਸ਼ਨ ਦੇ ਸਟੂਡੈਂਟ ਹੋ ਅ ਅੱਛਾ ਨੈਕਸਟ ਚੱਲਦੇ ਹਾਂ ਅਗਲੇ ਕੁਐਸਚਨ ਤੇ ਇਹ ਇਹ ਆ ਗਏ ਆਪਾਂ ਇਸ 6 ਇਅਰ 올ਡ ਗਰਲ ਸ਼ੋਜ਼ ਐਕਸੈਪਸ਼ਨਲ ਸਪੋਰਟਿੰਗ ਐਬਿਲਿਟੀ ਸੌਰੀ ਇੱਥੇ ਪੰਜਾਬੀ ਹੈ ਨਾ ਉਹ ਮਿਸ ਹੋ ਗਈ ਅ ਇੱਕ 6 ਸਾਲ ਦੀ ਲੜਕੀ ਹੈ ਜੋ ਸਪੋਰਟ ਸਪੋਰਟ ਵਿੱਚ ਬਹੁਤ ਜ਼ਿਆਦਾ ਕਾਬਲੀਅਤ ਦਿਖਾ ਰਹੀ ਹੈ ਗੇਮਸ ਅਚੀਆਂ ਖੇਲ ਰਹੀ ਹੈ ਉਹ ਉਹ ਦੋਨੋਂ ਮਾਪੇ ਮੰਮੀ ਤੇ ਪਾਪਾ ਉਹਦੇ ਸਪੋਰਟਸ ਪਰਸਨ ਹਨ ਇਟ ਮੀਨਸ ਸਪੋਰਟਸ ਐਬਿਲਿਟੀ ਉਸਨੂੰ ਹੈਰਿਡਿਟੀ ਤੋਂ ਮਿਲੀ ਹੈ ਇੱਥੇ ਤੱਕ ਇਹ ਦੱਸ ਦਿੱਤਾ ਗਿਆ Uh, send for coaching every day coaching ki hai environment ho uh, gaya and train train ki ho gaya environment training education हर ऑन वीकेंड हर कैपेबिलिटीज आर मोस्ट लाइकली टू बी द रिजल्ट ऑफ एन इंटरेक्शन बिटवीन बहुत सोखा क्वेश्चन कर देता देखनु इना ਔਖਾ ਸੀ ਜੇ ਤੁੱਕਾ ਮਾਰਨਾ ਹੋਵੇ ਜਿੱਥੇ ਵੀ ਇੰਟਰਐਕਸ਼ਨ ਆਵੇ ਉਥੇ ਕੁਝ ਨਹੀਂ ਹੈਰਿਡਿਟੀ ਤੇ এনवायरमेंट ਦਾ ਇੰਟਰਐਕਸ਼ਨ ਮੈਂ एचपीसी a into interaction ho gaya environment nature and nurture us da interaction so health and training uh, nahi wrong answer discipline and nutrition royal environment environment heredity and environment dono factor aage right answer hai growth and development uh, wrong answer hai next question hai which of the following uh, is uh, true about the role of heredity and environment in development of child hit kiyan vichon ਵਿਰਾਸਤ ਤੇ ਵਾਤਾਵਰਣ ਦਾ ਰੋਲ ਬਾਰੇ ਕੀ ਸੱਚ ਹੈ ਇਹ ਜਿਹੜਾ ਬੱਚੇ ਤੇ ਪ੍ਰਭਾਵ ਪੈਂਦਾ ਹੈ ਰਿਲੇਟਿਵ ਕੰਟਰੀਬਿਊਸ਼ਨ ਆਫ ਪੀਅਰ ਐਂਡ ਜੀਨਸ ਆਰ ਨਾਟ ਐਡੀਟਿਵ ਡਿਫਿਕਲਟ ਕੁਐਸਚਨ ਹੈ ਲੇਕਿਨ ਜੇ ਸੌਖਾ ਮੈਥਡ ਸਾਇੰਸ ਦੇ ਨਹੀਂ ਸੌਖਾ ਮੈਥਡ ਲਖਣਾ ਹੈ ਤੇ ਐਡੀਟਿਵ ਜਿਹੜਾ ਹੈ ਸ਼ਬਦ ਇਸ ਨੂੰ ਫੜਿਆ ਜਾ ਸਕਦਾ ਹੈ ਇਹ ਸੌਖਾ ਕਰ ਦਿੰਦਾ ਹੈ ਜੋੜਵਾ ਦੇਖੋ ਮੈਂ ਕਿਹਾ ਸੀ ਹੈਰਿਡਿਟੀ ਇਨਟੂ ਗੁਣਾ এনवायरमेंट ਹੈ ਨਾ ਕਿ ਹੈਰਿਡਿਟੀ ਜਮਾ এনवायरमेंट ਇੱਕ ਤੁੱਕਾ ਲਾਉਣ ਲਈ ਇੱਕ ਛੋਟਾ ਜਿਹਾ بیس ਇਹ ਬਣ ਜਾਂਦਾ ਹੈ ਜੇ ਜ਼ਿਆਦਾ ਗੰਭੀਰਤਾ ਵਿੱਚ ਇਸ ਨੂੰ ਨਹੀਂ ਵਿਚਾਰਨਾ ਜੇ ਵਿਚਾਰਨਾ ਹੈ ਉਹ ਵੀ ਵਿਚਾਰ ਲੈਣੇ ਆ ਇਹ ਕਹਿ ਰਹੇ ਨੇ ਕਿ ਸਹਿਯੋਗੀਆਂ ਪੀਅਰ ਫਰੈਂਡਸ ਜਿਹੜੇ ਨੇ ਕਲਾਸਮੇਟ ਜਿਹੜੇ ਨੇ ਅਤੇ ਜੀਨਸ ਦੀ ਸੰਬੰਧਤਾ ਭਾਗੀਦਾਰੀ ਜੋੜਵਾ ਨਹੀਂ ਹੈ ਏ ਨਹੀਂ ਕਿਹਾ ਜਾ ਸਕਦਾ ਕਿ ਐਨਏ ਜਿੰਨੀ ਮੰਨ ਲੋ ਇੱਕ ਬੱਚਾ ਜਿਹੜਾ ਹੈ ਉਹਦੇ ਵਿੱਚ ਸਪੋਰਟਸ ਐਬਿਲਿਟੀ ਹੈ ਜਿਵੇਂ ਅਸੀਂ ਪਿੱਛੇ ਗੱਲ ਕਰਕੇ ਆਏ ਹਾਂ ਕਿਉਂਕਿ ਉਹਦੇ ਮਾਪਿਆਂ ਦੇ ਵਿੱਚ ਹੈ ਤੇ ਪਰ ਉਸ ਨੂੰ ਜਿਹੜੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਜਾਂ ਉਸ ਦੀ ਕਲਾਸ ਵਿੱਚ ਕੋਈ ਵੀ ਅਜਿਹਾ ਨਹੀਂ ਹੈ ਜੋ ਸਪੋਰਟਸ ਵਿੱਚ ਜਾਣਾ ਚਾਹੁੰਦਾ ਹੈ ਜਾਂ ਐਨਕਰੇਜ ਕਰਦਾ ਹੈ ਹੁਣ ਕੀ ਹੋਇਆ ਕਿ ਹੈਰਿਡਿਟੀ ਤੋਂ ਉਸ ਨੂੰ ਟ੍ਰੇਟ ਜਿਹੜੇ ਸੀ ਉਹ ਪੋਜ਼ਿਟਿਵ ਮਿਲੇ ਇੱਥੇ ਮੈਂ ਪੋਜ਼ਿਟਿਵ ਲਿਖਿਆ ਇਹ ਵੀ ਕਰ ਦਿੰਨੇ ਆ ਅ ਅੱਛੇ ਮਿਲੇ ਲੇਕਿਨ এনवायरमेंट ਜਿਹੜਾ ਸੀ ਉਹ ਮੈਂ ਇੱਥੇ 네ਗਟਿਵ ਲਗਤਾ 네ਗਟਿਵ ਹੈਨਾ ਹੁਣ ਮੈਂ ਗਲਤੀ ਕੀ ਕੀਤੀ ਕਿ ਇਹ ਜਮਾ ਕਰ ਲਿਖਿਆ ਕਿਉਂਕਿ ਇਹਨਾਂ ਨੇ ਲਿਖਿਆ ਹੈ ਇਹ ਇਦਾਂ ਜਮਾ ਨਹੀਂ ਹੋਏਗਾ ਕਿ ਐਨੇ ਪਰਸੈਂਟ ਹੈਰਿਡਿਟੀ ਹੈ ਤੇ ਉਹ ਜਮਾ ਕਰਕੇ ਨੈਗੇਟਿਵ ਕਰਕੇ ਇਦਾਂ ਦਾ ਬੱਚਾ ਡਿਵੈਲਪ ਹੋਏਗਾ ਇਹ ਇਹ ਇੱਕ ਕੰਪਲੈਕਸ ਚੀਜ਼ ਹੈ ਇਹਦਾ ਆਨਸਰ ਹੈ ਕੰਪਲੈਕਸ ਓਕੇ ਇਸ ਨੂੰ ਸਿੰਪਲ ਸਿੰਪਲ ਸ਼ਬਦਾਂ ਵਿੱਚ ਇਸ ਤਰ੍ਹਾਂ ਜਮਾ ਘਟਾਓ ਨਾਲ ਨਹੀਂ ਸਮਝਿਆ ਜਾ ਸਕਦਾ ਸੋ ਇਹਦਾ ਜਿਹੜਾ ਨਾਟ ਹੈ ਨਾਟ ਐਡਿਟਿਵ ਹੈਨਾ ਇਹਨਾਂ ਨੇ ਕਿਹਾ ਹੈ ਨਾਟ ਇਸ ਲਈ ਇਸ ਲਈ ਕਿਉਂਕਿ ਨਾਟ ਕਿਹਾ ਹੈ ਇਸ ਲਈ ਇਹ ਸਹੀ ਹੈ ਕਿਉਂਕਿ ਐਡੀਟਿਵ ਨਹੀਂ ਹੈ ਮਲਟੀਪਲੀਕੇਸ਼ਨ ਹੈ ਠੀਕ ਐਡੀਟਿਵ ਨਹੀਂ ਹੈ ਕੰਪਲੈਕਸ ਹੈ ਕੰਪਲੈਕਸ ਹੈ ਓਕੇ ਇਹਦੀ ਰਾਈਟ ਸਟੇਟਮੈਂਟ ਜੋ ਬਣਦੀ ਹੈ ਅੱਗੇ ਚੱਲ ਕੇ ਉਹ ਵੀ ਦਿਖਾ ਦੇਣਾ ਹਾਂ ਇਹ ਰਾਈਟ ਆਨਸਰ ਹੋ ਗਿਆ ਹੈ ਅਗਲੇ ਦੇਖਦੇ ਹਾਂ ਹੈਰਿਡਿਟੀ ਐਂਡ এনवायरमेंट ਡੂ ਨਾਟ ਆਪਰੇਟ ਟੁਗੇਦਰ ਕਿਉਂਕਿ ਇਹ ਸਿਧਾਂਤ ਹੈ ਇੰਟਰੈਕਸ਼ਨਿਸਟ ਇਹ ਕਹਿੰਦੇ ਨੇ ਕਿ ਹੈਰਿਡਿਟੀ ਤੇ এনवायरमेंट ਇੰਟਰੈਕਟ ਕਰਦੇ ਨੇ ਹਨਾ ਆ ਸੋ ਇ ਕੰਨਾ ਡੂ ਨਾਟ ਇਹਦਾ ਮਤਲਬ ਇਹ ਵਾਲੀ ਗਲਤ ਹੋ ਗਈ ਸਟੇਟਮੈਂਟ ਜੇ ਮੈਨੂੰ ਇਹ ਨਾ ਪਤਾ ਲੱਗੇ ਤਾਂ ਮੈਂ ਕਿੱਦਾਂ ਸੋਲਵ ਕਰਨਾ ਹੈ ਮੈਨੂੰ ਦੇਖਣਾ ਹੈ ਕਿ ਕਿਹੜੀ ਸਟੇਟਮੈਂਟ ਗਲਤ ਹੈ ਪਹਿਲਾਂ ਉਹ ਡਿਲੀਟ ਕਰਦਾ ਮੈਂ ਦੂਜੇ ਮੈਥਡ ਨਾਲ ਇਸ ਨੂੰ ਡਿਲੀਟ ਕਰ ਦਿੱਤਾ ਆ ਪ੍ਰੋਪੈਂਸਿਟੀ ਇਜ਼ ਰਿਲੇਟਡ ਟੂ ਦਾ এনवायरमेंट ਵਾਈਲ ਐਕਚੁਅਲ ਡਿਵੈਲਪਮੈਂਟ ਰਿਕਵਾਇਰਸ ਹੈਰਿਡਿਟੀ ਦੇਖੋ ਅ ਮੈਂ ਮੰਨ ਲਓ ਮੈਨੂੰ ਪ੍ਰੋਪੈਂਸਿਟੀ ਸ਼ਬਦ ਦਾ ਅਰਥ ਨਹੀਂ ਹੈ ਪਰ ਪੰਜਾਬੀ ਚ ਅਵੇਲੇਬਲ ਹੈ ਚੁਕਾ ਹਾਂ ਵਾਤਾਵਰਣ ਨਾਲ ਸੰਬੰਧਿਤ ਹੈ ਜਦ ਕਿ ਅਸਲ ਵਿਕਾਸ ਵਿਰਾਸਤ ਦੀ ਲੋੜ ਹੁੰਦੀ ਹੈ ਹੁਣ ਇੱਥੇ ਕੀ ਹੋ ਗਿਆ ਕੀ ਹੈਰਿਡਿਟੀ ਨੂੰ ਉਸਨੇ ਜ਼ਿਆਦਾ ਇੰਪੋਰਟੈਂਟ ਦੇ ਦਿੱਤੀ ਕਿ ਅਸਲ ਵਿਕਾਸ ਹੈਰਿਡਿਟੀ ਨਾਲ ਹੁੰਦਾ ਹੈ ਇਹਦਾ ਮਤਲਬ ਹੈ ਸਾਨੂੰ ਸਕੂਲ ਕਾਲਜ ਖੋਲਣ ਦੀ ਲੋੜ ਹੀ ਨਹੀਂ ਹੈ ਅچھے ਮਾਪੇ ਰੱਖਿਏ ਜਿਹੜੇ ਮਾੜੇ ਮਾਪੇ ਨੇ ਉਹਨਾਂ ਨੂੰ ਵਿਆਹ ਨਾ ਕਰਨ ਦੀ ਇਹ ਬੱਚੇ ਨਾ ਪੈਦਾ ਕਰਨ ਦੀ ਹੈ ਫਿਰ ਇਹ ਇਲਾਜ ਇਹ ਹੋਣਾ ਸੀ ਪਰ ਇਦਾਂ ਨਹੀਂ ਹੈ ਕਿਉਂਕਿ ਦੋਨੇ ਇੰਟਰੈਕਟ ਕਰਦੇ ਨੇ ਦੈਟ ਇਜ਼ ਵਾਈ ਹਰ ਤਰ੍ਹਾਂ ਦੇ ਮਾਪਿਆਂ ਨੂੰ ਅ ਅਧਿਕਾਰ ਹੈ ਡੈਮੋਕਰੇਸੀਸ ਬੱਚੇ ਪੈਦਾ ਕਰਨ ਦਾ ਦੋਨੇ ਇੰਟਰੈਕਟ ਕਰਦੀਆਂ ਨੇ ਇੱਥੇ ਡੋਮੀਨੇਟ ਇੱਕ ਕਰ ਲਈ ਹੈ ਦੈਸ ਵਾਈ ਇਹ ਵੀ ਗਲਤ ਹੋ ਗਿਆ ਚੌਥਾ ਆਪਸ਼ਨ ਦੇਖਦੇ ਹਾਂ ਅਸੀਂ ਦੇਖ ਆਏ ਹਾਂ ਕਿ ਪਹਿਲਾ ਆਪਸ਼ਨ ਠੀਕ ਹੈ ਬੋਥ ਹੈਰਿਡੀਟੀ ਐਂਡ এনवायरमेंट ਕੰਟ੍ਰਿਬਿਊਟ ਦੇਖੋ ਇੱਥੋਂ ਤੱਕ ਕਿੰਨਾ ਸੋਹਣਾ ਲੱਗ ਰਿਹਾ ਸੀ ਕਿ ਬੋਥ ਹੈਰਿਡੀਟੀ ਐਂਡ এনवायरमेंट ਕੰਟ੍ਰਿਬਿਊਟ ਹੁਣ ਵਧੀਆ ਲੱਗਦਾ ਸੀ ਜਦੋਂ ਇਹਨੇ ਕਿਹਾ ਕਿ 50% ਉਹਨੇ ਕੈਲਕੂਲੇਸ਼ਨ ਨਹੀਂ ਹੈ ਜਿਵੇਂ ਪਹਿਲਾਂ ਕਰਕੇ ਆਏ ਹਾਂ ਕੈਲਕੂਲੇਸ਼ਨ ਨਹੀਂ ਹੈ ਕਿ 50% ਇਹ ਹੋਏਗਾ ਇਹ ਸਰਕਮਸਟੈਂਸਸ ਤੇ ਹੈ এনवायरमेंट ਬਹੁਤ ਜਿਆਦਾ ਰਿਚ ਸਟੀਮੂਲੇਟਿੰਗ ਹੈ ਹੈਨਾ ਰਿਸਰਚ ਬੇਸਡ এনवायरमेंट ਬੱਚਿਆਂ ਨੂੰ ਦਿੱਤਾ ਦਿੱਤਾ ਜਾਂਦਾ ਹੈ ਕਿ ਰਿਸਰਚ ਜਿੱਦਾਂ ਦੱਸਦੀ ਹੈ ਕਿ ਇਦਾਂ ਦੇ এনवायरमेंट ਵਿੱਚ ਬੱਚਾ ਵਧੀਆ ਪਲਦਾ ਹੈ ਹੈਨਾ ਸਾਰੀ ਮੈਡੀਕਲ ਸਾਇੰਸ ਰਿਸਰਚ ਨੂੰ ਹੀ ਵਰਤਦੀ ਹੈ ਹੈਨਾ ਜੋ ਮੈਡੀਕੇਸ਼ਨ ਤੁਹਾਡੀ ਕੀਤੀ ਜਾਂਦੀ ਹੈ ਮੈਡੀਸਨ ਦਿੱਤੀ ਜਾਂਦੀ ਹੈ ਸੋ ਉਹਦੇ ਵਿੱਚ ਜ਼ਿਆਦਾ ਅਸਰ ਹੋਏਗਾ ਅਸੀਂ ਨਹੀਂ ਕਹਿ ਸਕਦੇ 50% ਹੋਇਆ ਜ਼ਿਆਦਾ ਹੋ ਸਕਦਾ ਹੈ ਅਦਰਵਾਈਜ਼ ਘਟ ਹੋ ਸਕਦਾ ਹੈ ਸੋ 50 50 ਵਾਲਾ ਜਿਹੜਾ ਹੈ ਇਹ ਨੂੰ ਗਲਤ ਕਰ ਰਿਹਾ ਹੈ ਸਿਰਫ ਇੰਨੀ ਗੱਲ ਹੈ ਸੋ ਪਹਿਲਾ ਜਿਹੜਾ ਕੁਐਸਚਨ ਹੈ ਉਹ ਠੀਕ ਸੀ ਔਕੇ ਕੁਐਸਚਨ ਵਿੱਚ ਸੀ ਇਹ ਸਟੂਡੈਂਟ ਡਵੈਲਪਮੈਂਟ ਡਿਪੈਂਡਸ ਅਪਨ ਕਰਕੇ ਆਏ ਆ ਰਿਪੀਟ ਹੋ ਰਿਹਾ ਕੁਐਸਚਨ ਬਹੁਤ ਹੈਰਿਡੀਟੀ ਐਂਡ এনवायरमेंट ਹੈਨਾ ਨਨ ਆਫ ðiਜ਼ ਨਾਰਮਲੀ ਰੋਂਗ ਆਨਸਰ ਹੀ ਹੁੰਦਾ ਹੈ ਕੱਲਾ ਹੈਰਿਡਿਟੀ ਕੱਲਾ এনवायरमेंट ਔਰ ਇੰਟਰੈਕਸ਼ਨ ਇਹ ਗਲਤ ਠੀਕ ਹੋ ਗਈ ਵਿਚ ਆ ਵਨ ਆਫ ði ਫਾਲੋਇੰਗ ਸਟੇਟਮੈਂਟ ਇਜ਼ ਟ्रू ਰਿਗਾਰਡਿੰਗ ði ਰੋਲ ਆਫ ਹੈਰਿਡਿਟੀ এনवायरमेंट ਔਫ ਹਿਊਮਨ ਡਿਵੈਲਪਮੈਂਟ ਇਹ ਇੱਥੇ ਲਿਖੇ ਵਿੱਚੋਂ ਕਿਹੜੀ ਸਹੀ ਸਟੇਟਮੈਂਟ ਹੈ ਕਥਨ ਕਿਹੜਾ ਸਹੀ ਹੈ ਕਿ ਦੇ ਲਈ ਕਿ ਹੈਰਿਡਿਟੀ এনवायरमेंट ਦਾ ਡਿਵੈਲਪਮੈਂਟ ਤੇ ਕੀ ਅਸਰ ਹੁੰਦਾ ਹੈ ਬੱਚੇ ਦੀ ਦਾ ਰੋਲ ਆਫ এনवायरमेंट ਇਜ਼ ਆਲਮੋਸਟ ਫਿਕਸ ਇਦਾਂ ਨਹੀਂ ਕੀਤਾ ਜਾ ਸਕਦਾ ਫਿਕਸ ਨਹੀਂ ਕੀਤਾ ਜਾ ਸਕਦਾ ਵੇਅਰ ਐਜ਼ ਅ ਇੰਪੈਕਟ ਆਫ ਹੈਰੀਡਿਟੀ ਕੈਨ ਬੀ ਅਲਟਰਡ ਸੋ ਇਹ ਐਕਸੈਸਿਵ ਅਸੀਂ ਫਿਕਸ ਇਸ ਤਰ੍ਹਾਂ ਨਹੀਂ ਕਰ ਸਕਦੇ ਸੋ ਇਹ ਗਲਤ ਹੋ ਗਈ द थ्योरीज बेस्ड ऑन बिहेवियरिज्म आर लार्जली बेस्ड ऑन द रोल ऑफ नेचर इन ह्यूमन डेवलपमेंट देखो ये ये स्टेटमेंट है ये ਤੁਸੀਂ ਮੇ ਤੋਂ ਮੈਂ ਨਹੀਂ ਕਿਹਾ ਉਹ ਪਿਛਲਾ ਸਾਲਾ ਤੋਂ ਤੁਹਾਨੂੰ ਪਤਾ ਹੋਏਗਾ ਗਿਆਨ ਹੋਏਗਾ ਪਰ ਇੱਕ ਗੱਲ ਤੁਹਾਨੂੰ ਦੱਸਦਾ ਜਿੱਥੇ ਵੀ ਬਿਹੇਵੀਅਰਿਜ਼ਮ ਸ਼ਬਦ ਆਵੇ ਇਹਦਾ ਈ ਕੱਢ ਕੇ ਈ ਕੱਢ ਲਈਏ ਤਾਂ ਉੱਥੇ এনवायरमेंट ਯਾਦ ਰੱਖਿਓ ਬਿਹੇਵੀਅਰਿਜ਼ਮ ਜਿੱਥਾਂ ਬਿਹੇਵੀਅਰਿਸਟ ਐਕਸੈਸਿਵ এনवायरमेंटਲਿਸਟ ਹੈ ਗੱਲ ਨੂੰ ਸਮਝ ਲਓ ਬੋਰਡ ਤੇ ਜਾਣਨੇ ਹਾਂ ਕਿੱਦਾਂ ਅ ਬਿਹੇਵੀਅਰਿਜ਼ਮ ਦੀਆਂ ਥਿਉਰੀਜ਼ ਕਿਹੜੀਆਂ ਨੇ ਇਹ ਚੱਲ ਗਿਆ ਬਿਹੇਵੀਅਰਿਜ਼ਮ ਦੀਆਂ ਥਿਉਰੀਜ਼ ਫਾਰ ਐਗਜ਼ਾਮਪਲ ਅਸੀਂ ਪਾਵਲੋਵ ਲੈ ਲਈਏ ਪਾਵਲੋਵ ਹੈ ਨਾ ਕਲਾਸਿਕਲ ਕੰਡੀਸ਼ਨਿੰਗ ਥਿਉਰੀ ਹੈ ਬੈਲ ਵਾਲੀ ਡੌਗ ਵਾਲੀ ਹੈ ਨਾ ਸਕਿਨਰ ਦੀ ਥਿਉਰੀ ਲੈ ਲਓ ਸਕਿਨਰ ਰੀਇਨਫੋਰਸਮੈਂਟ ਆਰ ਲਿਆ ਸੀ ਨਾ ਇਹਦਾ ਯਾਦ ਰੱਖਣ ਲਈ ਰੀਇਨਫੋਰਸਮੈਂਟ ਦੀ ਤੇ ਇੱਕ ਥੌਨਡਾਈਕ ਦੀ ਥਿਉਰੀ ਚਲੋ ਲੈ ਲਓ ਨਹੀਂ ਲਿਖਦੇ ਇੱਥੇ ਨਾਮ 6-7 ਬੇਸਿਕ ਜਿਹੜੇ ਬਿਹੇਵੀਅਰਿਸਟ ਨੇ ਇਹ ਸਾਰੇ ਹੀ ਕਹਿੰਦੇ ਨੇ ਕਿ ਸਟਿਮੂਲਸ ਜਿੱਦਾਂ ਦਾ ਪ੍ਰੋਵਾਈਡ ਕਰਦੇ ਆ ਰਿਸਪੌਂਸ ਹੈ ਨਾ ਸਟੀਮੂਲਸ ਤੇ ਰਿਸਪਾਂਸ ਦੀ ਐਸੋਸੀਏਸ਼ਨ ਹੁੰਦੀ ਹੈ ਫਾਰ ਇਗਜ਼ਾਮਪਲ ਬੈਲ ਵੱਜਦੀ ਹੈ ਬੱਚੇ ਖੜੇ ਹੋ ਜਾਂਦੇ ਹਨ ਭੱਜ ਜਾਂਦੇ ਹਨ ਕਲਾਸ ਚੋਂ ਤੁਹਾਡੇ ਫੋਨ ਦੀ ਬੈਲ ਵੱਜਦੀ ਹੈ ਇਕਦਮ ਤੁਸੀਂ ਸੁਣਦੇ ਹੋ ਜਿਹੜੀ ਵਿਸਲ ਬੱਸ ਵਿੱਚ ਮਾਰਦੇ ਨੇ ਉਹ ਲਾਲ ਬੱਤੀ ਦੇਖਦੇ ਹੋ ਤੁਸੀਂ ਰੁਕ ਜਾਂਦੇ ਹੋ ਸੋ ਇਹ ਹਜ਼ਾਰਾਂ ਤਰ੍ਹਾਂ ਦੇ ਸਟਿਮੂਲਸ ਨਾਲ ਅਸੀਂ ਘਿਰੇ ਹੋਏ ਹਾਂ ਤੁਹਾਡੇ ਕਮਰੇ ਵਿੱਚ ਵੀ ਹਜ਼ਾਰਾਂ ਤਰ੍ਹਾਂ ਦੇ ਸਟਿਮੂਲਸ ਹੈ ਜਿਸ ਨੂੰ ਤੁਸੀਂ ਰਿਸਪਾਂਸ ਦਿੰਦੇ ਹੋ ਹਨ ਸੋ ਇਹ ਸਟਿਮੂਲਸ ਮਿਲ ਕੇ ਜਿਹੜੇ ਸਾਰੇ ਸਟਿਮੂਲਸ ਹੈ ਇਹ ਜਦੋਂ ਮਿਲ ਜਾਂਦੇ ਆ ਇਹਨੂੰ ਕਹਿੰਦੇ ਆ এনवायरमेंट ਸੋ ਸਟੀਮੂਲਸ ਪ੍ਰੋਵਾਈਡ ਉਹ ਕਹਿੰਦੇ ਅੱਛਾ ਕੀਤਾ ਜਾਵੇ ਤਾਂ ਬੱਚੇ ਦੇ ਰਿਸਪਾਂਸ ਅੱਛੇ ਹੋ ਜਾਣਗੇ ਇਹਨਾਂ ਬਿਹੇਵੀਅਰਿਜ਼ਮ ਹੈ ਹਨਾ ਬੱਚਾ ਨੇ A ਫੋਰ ਐਪਲ ਲਿਖਿਆ ਤੇ ਉਸ ਨੂੰ ਨਾਲ ਹੀ ਉਹਨੇ ਰਿਸਪਾਂਸ ਜਦੋਂ ਦਿੱਤਾ ਨਾਲ ਹੀ ਉਹਨੇ ਸ਼ਾਬਾਸ਼ ਦਿੱਤੀ ਇਹ ਰੀਇਨਫੋਰਸਮੈਂਟ ਦੀ ਥਿਊਰੀ ਹੈ ਸੋ এনਵਾਇਰਨਮੈਂਟ ਸਟੀਮੂਲਸ ਹੀ ਡਿਟਰ ਇਹਨੂੰ ਡਿਟਰਮਿਨਿਜ਼ਮ ਵੀ ਕਹਿੰਦੇ ਆ ਡਿਟਰਮਿਨਿਜ਼ਮ ओके ਕਿਦਾਂ ਮਤਲਬ ਅਸੀਂ ਨਿਰਧਾਰਿਤ ਕਰ ਸਕਦੇ ਆ ਕਿਉਂਕਿ ਅਸੀਂ ਟੀਚਰ ਡਿਸਾਈਡ ਕਰ ਸਕਦਾ ਹੈ ਕਿ ਕਿਦਾਂ ਦੇ ਸਟੀਮੂਲਸ ਸੋਰਸ ਨੇ ਦੇਣੇ ਆ ਟੀਚਰ ਗਾਲਾਂ ਕੱਢੇਗਾ ਬੱਚੇ ਕੱਢਣਗੇ ਪੇਰੈਂਟ ਗਾਲਾਂ ਕੱਢਣਗੇ ਨਿਕਲਣਗੇ ਆਲਰਡ ਗਵੈਂਟਸ ਗਾਲਾਂ ਹੋ ਸੋ ਸਟੀਮੂਲਸ ਸੀ ਬੈਡ ਸੀ ਬੈਡ ਹੀ ਸਭ ਕੁਝ ਆ ਰਿਹਾ ਜਿਹੜਾ ਅ ਅچھے ਮਾਪੇ ਅچھے ਸਟੀਮੂਲਸ ਸਾਰਾ ਕੁਝ ਮਿਲਦਾ ਹੈ ਹੈਨਾ ਰਿਸਪੈਕਟ ਦੇਖੀ ਜਾ ਰਹੀ ਹੈ ਮਾਡਲਿੰਗ ਥਿਉਰੀ ਵੀ ਵਿੱਚ ਆ ਜਾਂਦੀ ਹੈ ਕਿ ਆ ਦੇਖਿਆ ਜਾ ਰਿਹਾ ਹੈ ਕਿ ਮੰਮੀ ਪਾਪਾ ਬਹੁਤ ਉੱਚੀ ਨਹੀਂ ਬੋਲਦੇ ਇੱਕ ਘਰ ਵਿੱਚ ਬਹੁਤ ਉੱਚੀ ਬੋਲਿਆ ਜਾਂਦਾ ਰਿਸਪਾਂਸ ਉਦਾਂ ਦਾ ਹੀ ਹੋਏਗਾ ਉੱਚੀ ਬੋਲਿਆ ਜਾਏਗਾ ਸੋ এনवायरमेंट ਤੁਸੀਂ ਡਿਟਰਮਾਈਨ ਕਰ ਸਕਦੇ ਹੋ ਇਹ ਕੁਐਸਚਨ ਦਾ ਆਨਸਰ ਬਣ ਰਿਹਾ ਹੈ এনवायरमेंटਲਿਸਟ ਬੰਦੇ ਨੇ ਔਰ ਇਹ ਕੁਝ ਇੱਕ ਇਹ ਤਿੰਨ ਚਾਰ ਕੁਐਸਚਨ ਜਿਹੜੇ ਬੇਸਿਕ ਨੇ ਸੋ ਜਿੱਥੇ ਬਿਹੇਵੀਅਰਿਜ਼ਮ ਆਵੇ ਉਥੇ एनवायरनमेंट बन्ना है इट मींस uh, एक ही बणया कि व्यवहारवाद अ आधारित सिद्धांत मनुखी विकास ਵਿੱਚ ਕੁਦਰਤ ਦੀ ਭੂਮਿਕਾ ਦੇ ਆਧਾਰਿਤ ਹਨ ਕੁਦਰਤ ਦੀ ਭੂਮਿਕਾ ਮਤਲਬ ਹੈਰਿਡਿਟੀ ਤੇ ਨਿਰਭਰ ਕਰਦਾ ਹੈ ਪਰ ਵਿਵਹਾਰਵਾਦ ਹੁਣੀ ਗੱਲ ਕਰਕੇ ਆਏ ਹਾਂ ਸਾਰਾ ਹੀ ਵਾਤਾਵਰਣ ਤੇ ਵਾਤਾਵਰਣ ਤੇ ਸਟਿਮੂਲਸ ਤੇ ਵਾਤਾਵਰਣ ਦਾ ਮਤਲਬ ਹੀ ਸਮ 올올 ਜਿਹੜੇ ਸਾਰੇ ਸਟਿਮੂਲਸ ਵਾਲੇ ਦੁਆਲੇ ਆ ਸਾਡੇ ਰਿਲੇਟਿਵ ਇਫੈਕਟ ਆਫ ਹੈਰਿਡੀਟੀ ਐਂਡ এনवायरमेंट ਵੇਰੀਜ਼ ਔਨ ਡਿਫਰੈਂਟ ਏਰੀਆਜ਼ ਆਫ ਡਿਵੈਲਪਮੈਂਟ ਇਹ ਗੱਲ ਬਣਦੀ ਹੈ ਦੇਖੋ ਰਿਲੇਟਿਵ ਇੰਪੋਰਟੈਂਸ ਸੌਰੀ ਇਫੈਕਟਸ ਆਫ ਹੈਰਿਡੀਟੀ ਐਂਡ এনवायरमेंट ਵੇਰੀ ਇਹ ਕਿ ਅੱਖਾਂ ਤੇ ਕੰਨਾਂ ਤੇ ਹਾਈਟ ਤੇ ਆਈਕਿਊ ਤੇ ਡਿਫਰੈਂਟ ਏਰੀਆਜ਼ ਆਫ ਏਰੀਆਜ਼ ਦੀ ਹੋਰ एग्जांपल ਲੈਣੀ ਹੈ ਸੋਸ਼ਲ ਏਰੀਆ इमोशनल ਏਰੀਆ ਜਿਹੜੀਆਂ ਡਾਈਮੈਂਸ਼ਨ ਹੁੰਦੀਆਂ ਹਨਾ ਹਨ ਮੋਰਲ ਏਰੀਆ ਕognitive ਏਰੀਆਜ਼ ਇਹ ਸਾਰਿਆਂ ਤੇ ਇੱਕੋ ਜਿਹਾ ਇਫੈਕਟ ਨਹੀਂ ਹੋਏਗਾ ਵੇਰੀ ਕਰੇਗਾ ਇਹ ਗਲਤ ਕੀਤੀ ਗਈ ਹੈ ਸੋ ਇਸ ਨੂੰ ਸੱਚ ਮੰਨਿਆ ਜਾਏਗਾ ਜ਼ਰੂਰੀ ਨਹੀਂ ਹੈ ਕਿ ਅੱਖਾਂ ਤੇ ਇਫੈਕਟ ਹੈਰਿਡਿਟੀ ਦਾ ਜ਼ਿਆਦਾ ਹੈ ਤੇ ਹੁਣ ਬਾਕੀ ਸਾਰੇ ਅੰਗਾਂ ਤੇ ਹੈਰਿਡਿਟੀ ਦਾ ਇਫੈਕਟ ਜ਼ਿਆਦਾ ਦਿ세ਗਾ ਜਾਂ ਵਾਤਾਵਰਣ ਦਾ ਨਹੀਂ ਹੋਏਗਾ ਇਸ ਤਰ੍ਹਾਂ ਨਹੀਂ ਹੋਏਗਾ ਵੇਰੀ ਕਰੇਗਾ ਸੋ ਇਸ ਨੂੰ ਰਾਈਟ ਆਨਸਰ ਲੈ ਕੇ ਚੱਲਦੇ ਹਾਂ Uh, next uh, question hai uh, sorry option hai is the uh, uh, वैसे difficult question acha the policy uh, of uh, compensatory discrimination on the uh, of the government of india is based on the role of nature uh, in human development bharat sarkar di muawza vitkre di niti ਇਹ ਵਿਤਕਰੇ ਦੀ ਨੀਤੀ ਪਤਾ ਕੀ ਹੈ ਡਿਸਕ੍ਰਿਮੀਨੇਸ਼ਨ ਜਿਹੜੀ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਹੈ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਫਾਰ ਐਗਜ਼ਾਮਪਲ ਕਿਸੇ ਵਰਗ ਨੂੰ ਕੁੜੀਆਂ ਨੂੰ ਮੁਆਵਜ਼ਾ ਕੋਈ ਜ਼ਿਆਦਾ ਦਿੱਤਾ ਜਾਂਦਾ ਹੈ ਮੰਨ ਲਓ ਹਨਾ ਉਹਨਾਂ ਨੂੰ ਸਾਈਕਲ ਦੇ ਦਿੱਤੇ ਉਹਨਾਂ ਨੂੰ ਸਕਾਲਰਸ਼ਿਪ ਦੇ ਦਿੱਤੀ ਸੋ ਇਹਨੂੰ ਇਕਵਿਟੀ ਕਹਿੰਦੇ ਆ ਇਕਵਿਟੀ EQ ਇਕਵੈਲਿਟੀ ਨਹੀਂ ਹੈ ਇਹ ਇਨ ਇਕਵੈਲਿਟੀ ਹੈ ਵਿਤਕਰਾ ਹੈ ਪਰ ਇਹ ਪੋਜ਼ਿਟਿਵ ਹੈ ਕਿਉਂਕਿ ਉਹਨਾਂ ਨੂੰ ਉੱਪਰ ਚੱਕਣਾ ਹੈ ਉੱਪਰ ਕਿੱਦਾਂ ਚੱਕਣਾ ਹੈ ਉਹਨਾਂ ਦੇ ਜੀਨਸ ਮਾੜੇ ਸੀ ਇਸ ਲਈ ਨਹੀਂ ਗਲਤ ਹੋ ਗਿਆ ਸਮਾਜ ਨੇ ਉਹਨਾਂ ਦੇ ਨਾਲ ਵਿਤਕਰਾ ਕੀਤਾ ਸਮਾਜ ਵਾਤਾਵਰਣ ਹੈ ਸੋ ਜਿਹੜੀ ਨੀਤੀਆਂ ਹਨ ਭਾਰਤ ਸਰਕਾਰ ਜਾਂ ਕਿਸੇ ਵੀ ਡੈਮੋਕ੍ਰੇਸੀ ਵਿੱਚ ਉਹ ਵਾਤਾਵਰਣ ਦੇ ਆਧਾਰਿਤ ਹੈ ਜਿੱਥੇ ਡਿਸਕ੍ਰਿਮੀਨੇਟਰੀ ਵਾਤਾਵਰਣ ਹੈ ਦੇਖੋ ਤੁਸੀਂ ਜਿੰਨੀਆਂ ਸੈਂਸਸ ਜਾਂ ਰਿਪੋਰਟਸ ਆndੀਆਂ ਨੇ ਜਿਹੜੇ ਏਰੀਆ ਵਿੱਚ ਲਿਟਰੇਸੀ ਰੇਟ ਤੋਂ ਬਹੁਤ ਘੱਟ ਬੱਚੇ ਹੈ ਲੋ ਲਿਟਰੇਸੀ ਰੇਟ ਪਾਇਆ ਜਾਂਦਾ ਹੈ ਨਾ ਉਸ ਨੂੰ ਬੈਕਵਰਡ ਬਲॉक्स ਇਸ ਤਰ੍ਹਾਂ ਕੁਝ ਕਹਿੰਦੇ ਨੇ ਉਹ ਐਜੂਕੇਸ਼ਨ ਪਾਲਿਸੀ ਚ ਹੋਰ ਤਰ੍ਹਾਂ ਸ਼ਬਦ ਵਰਤੇ ਗਏ ਆ ਉਹ ਏਰੀਆ ਦੇ ਵਿੱਚ ਫਿਰ ਕਾਲਜ ਸਕੂਲ ਜ਼ਿਆਦਾ ਖੁੱਲੇ ਜਾਂਦੇ ਆ ਸੋ ਵਿਤਕਰਾ ਕਿਤੇ ਨਾ ਉੱਥੇ ਜ਼ਿਆਦਾ ਖੁੱਲੇ ਉੱਥੇ ਫ੍ਰੀ ਐਜੂਕੇਸ਼ਨ ਕਰਤੀ ਕਿਉਂ ਕਿਉਂਕਿ ਉੱਥੇ এনवायरमेंट ਜਿਹੜਾ ਸੀ ਇਹ ਸੋਸ਼ਲ ਜਿਹੜਾ ਸੀ ਉਹ ਬੈਕਵਰਡ ਸੀ ਨੈਕਸਟ ਚੱਲਦੇ ਆ ਥੋੜਾ ਜਿਹਾ ਲੰਬਾ ਹੋ ਗਿਆ ਮਾਫੀ ਮੰਗਦਾ ਹਾਂ ਅ ਅੱਛਾ ਡੈਸ਼ ਪਲੇ ਐਂਡ ਇੰਪੋਰਟਡ ਰੋਲ ਇਨ ਐਜੂਕੇਸ਼ਨ ਆਫ ਸਟੂਡੈਂਟ ਇਹ ਬੋਥ ਐਂਡ ਹੈਰਿਡੀਟੀ ਐਂਡ এনवायरमेंट ਬਹੁਤ ਵਾਰ ਕੁਐਸਚਨ ਹੈ ਸਿੰਪਲ ਇージー ਹੁੰਦਾ ਹੈ ਡਾਊਨ ਸਿੰਡਰਮ ਇਜ਼ ਦੀ ਟਾਈਪ ਆਫ ਮੈਂਟਲ ਰਿਟਾਰਡੇਸ਼ਨ ਕੌਜ਼ਡ ਬਾਏ ਡਾਊਨ ਸਿੰਡਰਮ ਚਲੋ ਇਹਦੇ ਵਿੱਚ ਉੱਤਰ ਕਾ ਹੀ ਗਿਆ ਹੈ ਕਿ ਮੈਂਟਲ ਰਿਟਾਰਡੇਸ਼ਨ ਇਟ ਮੀਨਸ ਡਾਊਨ ਸਿੰਡਰਮ ਇੱਕ ਮੈਂਟਲ ਜਾਂ ਜੈਨੇਟਿਕ ਡਿਸਆਰਡ ਜੈਨੇਟਿਕ ਡਿਸਆਰਡਰ ਹੈਰਿਡੀਟੀ ਕਰ ਰਹੇ ਨਾ ਜੀਨਸ ਜੈਨੇਟਿਕ ਡਿਸਆਰਡਰ ਹੈ ਜਿਹਦੇ ਵਿੱਚ ਬੱਚੇ ਦੀ ਕੌਗਨੀਟਿਵ ਡਵੈਲਪਮੈਂਟ ਨਾਰਮਲ ਨਹੀਂ ਹੁੰਦੀ ਇੰਟੈਲੈਕਚੁਅਲ ਡਵੈਲਪਮੈਂਟ ਮੈਂਟਲ ਡਵੈਲਪਮੈਂਟ ਨਾਰਮਲ ਨਹੀਂ ਹੁੰਦੀ ਨਾਰਮਲਿ ਮੈਂਟਲ ਰਿਟਾਰਡੇਸ਼ਨ ਐਮ ਆਰ ਚਿਲड्रन ਜਿਨ੍ਹਾਂ ਦਾ ਆਈਕਿਊ ਲੋ ਹੁੰਦਾ ਹੈ ਹਾਈ ਨਹੀਂ ਹੁੰਦਾ ਲੋ ਹੁੰਦਾ ਹੈ ਸੋ ਨਾਰਮਲਿ ਇੱਕ ਪ੍ਰੀਕਾਸ਼ਨ ਲਿਆ ਜਾ ਸਕਦਾ ਹੈ ਇੱਕ ਕਾਰਨ ਇਹ ਵੀ ਬੰਦਾ ਹੈ ਕਿ ਜਦੋਂ ਮੇਲ ਪੋਜ਼ਿਟਿਵ ਗਰੁੱਪ ਬਲੱਡ ਗਰੁੱਪ ਦਾ ਹੁੰਦਾ ਹੈ ਫੀਮੇਲ 네ਗੇਟਿਵ ਦੀ O O 네ਗੇਟਿਵ ਦੀ ਖਾਸ ਤੌਰ ਤੇ ਜਾਂ 네ਗੇਟਿਵ ਦੀ ਹੁੰਦੀ ਹੈ ਤਾਂ ਪ੍ਰੋਬੈਬਿਲਿਟੀ ਆਫ ਡਾਊਨ ਸਿੰਡਰਮ ਵਧ ਜਾਂਦੀ ਹੈ ਅੱਛਾ ਪਰ ਇਹ ਹੁੰਦਾ ਕੀ ਹੈ ਮਿਸਿੰਗ ਕਰੋਮੋਸੋਮ ਔਨ 21ਸਟ ਪੇਅਰ ਜਿਹੜਾ ਹੈ ਉਹਦੇ ਵਿੱਚ ਇੱਕ ਕਰੋਮੋਸੋਮ ਮਿਸ ਹੁੰਦਾ ਹੈ ਇੱਕ ਇਹ ਹੈ ਐਨ ਐਕਸਟਰਾ ਕਰੋਮੋਸੋਮ ਆਫ 21ਸਟ ਪੇਅਰ ਅ ਅ ਮਿਊਟੇਸ਼ਨ ਇਨ ਡੀਐਨਏ ਸੀਕੁਐਂਸ ਇਹ ਵਾਇਰਲ ਇਨਫੈਕਸ਼ਨ ਡਿਊਰਿੰਗ ਪ੍ਰੈਗਨੈਂਸੀ ਆ ਦੇਖੋ ਇਹ ਇੱਕ ਗੱਲ ਸਮਝ ਲੈਣਾ ਹਮੇਸ਼ਾ ਹੀ ਜਦੋਂ ਦੋ ਵਿਰੋਧੀ অপਸ਼ਨ ਨੇ ਉਹਨਾਂ ਦੇ ਵਿੱਚੋਂ ਇੱਕ ਠੀਕ ਹੁੰਦਾ ਹੈ ਇੱਥੇ ਵਿਰੋਧੀ ਕੀ ਹੈ ਕਿ 21st 21st ਹੈ ਇੱਕ ਚ ਇਹ ਕਿਹਾ ਗਿਆ ਹੈ ਕਿ 21st ਕਰੋਮੋਸੋਮ ਵਿੱਚ ਇਹ ਇੱਕ ਪੇਅਰ ਮਿਸ ਹੁੰਦਾ ਹੈ ਇੱਕ ਚ ਵਾਧੂ ਹੁੰਦਾ ਹੈ ਆ ਜਿਹੜਾ ਰਾਈਟ ਆਨਸਰ ਹੈ ਕਰੋਮੋਸੋਮ ਇੱਕ ਚ ਐਕਸਟਰਾ ਬਣ ਜਾਂਦਾ ਹੈ ਜਿਹੜਾ ਆ ਡਾਊਨ ਸਿੰਡਰਮ ਆ ਸਿੰਡਰਮ ਐਕਸਟਰਾ ਐਕਸਟਰਾ ਨੂੰ ਇਹਦੇ ਨਾਲ ਜੋੜ ਲਓ ਕਿਸੇ ਤਰ੍ਹਾਂ ਸੋ ਇਹ ਵਾਲਾ ਰਾਈਟ ਆਨਸਰ ਹੈ ਔਰ ਦੂਸਰਾ ਕੁਐਸਚਨ ਕੀ ਪੁੱਛਿਆ ਜਾ ਸਕਦਾ ਹੈ ਕਿ ਕਿੰਨਾ ਹੈ ਨਾ 21st ਇਹ ਕੁਐਸਚਨ ਦੋ ਬਣਦੇ ਨੇ ਇਹ ਬਾਕੀ ਆਪਸ਼ਨ ਜਿਹੜੇ ਨੇ ਰੋਂਗ ਹੈ ਮਿਸਿੰਗ ਨਹੀਂ ਹੁੰਦਾ ਇੱਕ ਐਕਸਟਰਾ ਹੁੰਦਾ ਹੈ ਅ اچھا ਵਿਚ ਆਫ ਦਿ ਫੋਲੋਇੰਗ ਇਜ਼ ਕੈਰੈਕਟਿਸਟਿਕਸ ਆਫ ਫੀਚਰ ਆਫ ਡਾਊਨ ਸਿੰਡਰਮ ਦਾ ਕੀ ਫੀਚਰ ਹੈ ਬੱਚਾ ਕਿਸ ਤਰ੍ਹਾਂ ਦਾ ਹੁੰਦਾ ਹਾਈ ਇੰਟੈਲੀਜੈਂਸ ਕੁਐਸ਼ੈਂਟ ਨਹੀਂ ਹੋਣੀ ਗੱਲ ਕਰਕੇ ਆ ਲੋ ਆ ਬਦਾਮੀ ਅੱਖਾਂ ਆ ਇਹਨਾਂ ਵਿੱਚੋਂ ਨਾਰਮਲ ਕਰੋਮੋਸੋਮ ਪੇਅਰਿੰਗ ਇਹ ਗਲਤ ਹੋ ਗਿਆ ਕਿਉਂਕਿ ਨਾਰਮਲ ਨਹੀਂ ਹੁੰਦੀ ਇੱਕ ਐਕਸਟਰਾ ਬਣ ਜਾਂਦਾ ਐਕਸਟਰਾ ਕਰੋਮੋਸੋਮ ਇਹਨਾਂ ਨੇ 23rd ਲਿਖ ਦਿੱਤਾ ਦੇਖਿਆ ਪਿਛਲੀ ਨੌਲੇਜ ਇਸ ਕੁਐਸਚਨ ਚ ਕੰਮ ਆ ਗਈ ਨਾ ਸੋ ਉੱਤਰ ਕਿਹੜਾ ਬਣਿਆ ਐਲਮੰਡ ਸ਼ੇਪ ਆਈਜ਼ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਰਾਈਟ ਆਨਸਰ ਇਹ ਹੈ ਅ ਅੱਛਾ ਡਾਊਨ ਸਿੰਡਰਮ ਬਾਰੇ ਕੁਝ ਇੱਕ ਹੋਰ ਜਿਹੜੇ ਕੁਐਸਚਨ ਬਣਦੇ ਨੇ ਉਹ ਇਹਦੇ ਵਿੱਚ ਦੱਸ ਰਿਆਂ ਹਾਂ Uh, एक आंसर था ये ऑलरेडी डिस्कस कर रहे हैं कि एक्स्ट्रा क्रोमोजोम ट्वेंटी फस्ट तो दाँ इसका नाम पूछा जा सकता है ट्राईसोमी ट्वेंटी वन ट्राईसोमी सेंड्रोम ट्राईसोमी एस टी करके याद रख सकते हैं ट्वेंटी फर्स्ट ट्राइसोमी ट इस तरह याद कर सकते हैं अच्छा इनहेरेंट uh, ਐ ਨਾਟ ਯੂਸੂअली ਵਿਰਾਸਤ ਤੋਂ ਆਮ ਤੌਰ ਤੇ ਨਹੀਂ ਹੁੰਦਾ ਸਿੰਪਟਮ ਕੀ ਹੈ ਦੋ ਗੱਲਾਂ ਇੰਟੈਲੈਕਚੁਅਲ ਡਿਸੇਬਿਲਟੀ ਹੋ ਗਈ ਗੱਲ ਡਿਵੈਲਪਮੈਂਟਲ ਡਿਲੇ ਹੋ ਸਕਦੀ ਹੈ ਦੋ ਗੱਲਾਂ ਇਹ অপਸ਼ਨ ਚ ਪੁੱਛੀਆਂ ਜਾ ਸਕਦੀਆਂ ਹਨ ਫਿਜ਼ੀਕਲ ਟ੍ਰੇਟ ਫਲੈਟ ਫੇਸ ਆਲਮੰਡ ਸ਼ੇਪ ਆਈਜ਼ ਇੱਥੇ ਇੱਕ ਕੁਐਸਚਨ ਆਇਆ ਹੈ ਹੈਲਥ ਇਸ਼ੂ ਹਾਰਟ ਡਿਫੈਕਟ ਹਿਅਰਿੰਗ ਪ੍ਰੋਬਲਮ ਇਹਦੀ ਘੱਟ ਪ੍ਰੋਬੈਬਿਲਿਟੀ ਹੈ ਅ ਡਿਟੈਕਸ਼ਨ ਪ੍ਰੀਨੇਟਲ ਸਕਰੀਨਿੰਗ ਟੈਸਟ ਹੋ ਸਕਦਾ ਹੈ ਨਾਰਮਲੀ ਜੇ ਡਾਊਨ ਸਿੰਡਰੋਮ ਹੋਵੇ ਫੌਰਨ ਵਿੱਚ ਅਬਾਰਟ ਕਰਾਉਣ ਲਈ ਸੁਜੈਸਟ ਕਰ ਦਿੱਤਾ ਜਾਂਦਾ ਹੈ ਕਿਉਂਕਿ ਨੈਚਰਲੀ ਹੈ ਇਹ ਬੱਚਿਆਂ ਦੀ ਲਾਈਫ ਵੀ ਥੋੜੀ ਘੱਟ ਹੁੰਦੀ ਹੈ ਔਰ ਡਿਪੈਂਡੈਂਸੀ ਬਹੁਤ ਜ਼ਿਆਦਾ ਹੁੰਦੀ ਹੈ ਸਟੇਟ ਦਾ ਖਰਚਾ ਵੱਧਦਾ ਹੈ ਦੈਟ ਇਜ਼ ਵਾਈ ਉਹ ਤੰਦਰੁਸਤ ਬੱਚੇ ਪੈਦਾ ਕਰਨਾ ਚਾਹੁੰਦੇ ਹਨ ਸਾਡੇ ਵੀ ਸੁਜੈਸਟ ਕਰ ਦਿੱਤਾ ਜਾਂਦਾ ਹੈ ਹੁਣ ਹੈਨਾ ਸੋ ਨੈਕਸਟ ਕਰਦੇ ਹਾਂ ਕੁਐਸਚਨ ਇਹ ਇੱਥੇ ਆ ਗਿਆ एसी ना? यस मेंडल्स थ्यूरी सुजेस्ट दैट नेचर ऑलवेज मेंटेन व्हाट? बैलेंस चेंज एवोल्यूशन वेरिएशन। राइट आंसर एक मैंडल ने किते सी? एम फॉर मैंडल एम फॉर मटर मटर तो याद रहे ਉਹਨੇ ਇੱਕ ਵੱਡਾ ਮਟਰ ਲੰਬਾ ਲੈ ਲਿਆ ਤੇ ਇਹ ਹੈ ਨਾ ਇਹਦਾ ਪੇਅਰ ਬਣਾਏ ਇਹ ਛੋਟੇ ਮਟਰ ਨਾਲ ਉਹਦਾ ਵਿਆਹ ਕਰ ਦਿੱਤਾ ਤੇ ਪਹਿਲੀ ਜਨਰੇਸ਼ਨ ਲੰਬੇ ਮਟਰ ਦੀ ਹੋਈ ਠੀਕ ਹੈ ਦੂਸਰੀ ਜਨਰੇਸ਼ਨ ਛੋਟੇ ਮਟਰ ਦੀ ਹੋਈ ਇਸ ਤਰ੍ਹਾਂ ਦੀ ਉਸਨੇ ਰਿਸਰਚ ਕੀਤੀ ਉਹਨੇ ਕਿਹਾ ਕਿ ਇਹ ਨਹੀਂ ਹੈ ਕਿ ਇਹਨਾਂ ਤੋਂ ਬਾਅਦ ਲੰਬੇ ਹੀ ਹੋਈ ਜਾ ਰਹੇ ਆ ਫਿਰ ਕਦੇ ਛੋਟੇ ਵੀ ਹੁੰਦੇ ਆ ਇਹ ਕੀ ਦੱਸ ਰਿਹਾ ਹੈ ਕਿ ਬੈਲੈਂਸ ਸੰਤੁਲਨ ਨੇਚਰ ਸੰਤੁਲਨ ਪੈਦਾ ਕਰਨਾ ਚਾਹੁੰਦੀ ਹੈ ਮੈਂਡਲਸ ਥਿਉਰੀ ਇਹ ਸੁਜੈਸਟ ਕਰਦੀ ਹੈ ਤਿੰਨ ਕੁਐਸਚਨ ਇਹਦੇ ਵਿੱਚ ਹੋ ਰਹੇ ਨੇ ਅੱਗੇ ਚੱਲਦੇ ਹਾਂ ਅ ਅਕੋਰਡਿੰਗ ਟੂ ਗੈਲਟਨ ਦਾ ਨਾਮ ਬਹੁਤ ਵਾਰ ਆਉਂਦਾ ਹੈ ਇੰਟੈਲੀਜੈਂਸ ਵਿੱਚ ਵੀ ਕਿਉਂਕਿ ਗੈਲਟਨ ਨੇ ਜੀਨਸ ਤੇ ਇੰਟੈਲੀਜੈਂਸ ਦੇ ਨਾਲ ਹਨਾ ਇੱਤੇ ਰਿਸਰਚ ਕੀਤੀ ਸੀ ਅ ਇਨਹੈਰਿਟਿਡ ਕਮ ਫਰੋਮ ਵੇਅਰ ਗੈਲਟਨ ਦੇ ਅਨੁਸਾਰ ਵਿਰਾਸਤ ਵਿੱਚ ਆਉਣ ਵਾਲੀਆਂ ਵਿਸ਼ੇਸ਼ਤਾਵਾਂ ਕਿੱਥੋਂ ਆਉਂਦੀਆਂ ਹਨ ਮਾਪਿਆਂ ਤੋਂ ਹੁਣ ਇਹ ਗੁੱਡ ਕੁਐਸਚਨ ਹੈ ਸੰਤਾਨ ਤੋਂ ਕਿੱਦਾਂ ਹੋ ਸਕਦੀਆਂ ਹਨ ਸਭ ਤੋਂ ਪਹਿਲਾਂ ਡਿਲੀਟ ਕਰ ਦਿੱਤਾ ਜਾਵੇ ਸੰਤਾਨ ਵਿੱਚ ਆਣੀਆਂ ਨਾ ਇਹ ਤਾਂ ਜਾਂ ਹੋਏਗਾ ਵਾਤਾਵਰਣ ਮਾਪੇ ਵੀ ਹੋ ਸਕਦਾ ਕਿਉਂਕਿ ਦੇਖੋ ਵਾਤਾਵਰਣ ਨੂੰ ਕਿਉਂ ਕਨਸਿਡਰ ਕਰ ਰਹੇ ਆ ਕਿਉਂਕਿ ਅਸੀਂ ਕਿਹਾ ਹੈ ਹੈਰੀਡਿਟੀ ਤੇ এনਵਾਇਰਨਮੈਂਟ ਦਾ ਇੰਟਰੈਕਸ਼ਨ ਹੁੰਦਾ ਹੈ ਹੁਣ ਜੇ ਵਾਤਾਵਰਣ ਨੂੰ ਵੀ ਕਿਉਂਕਿ ਗੈਲਟਨ ਜੀਨਸ ਨੂੰ ਜ਼ਿਆਦਾ ਪ੍ਰੈਫਰ ਕਰਿਆ ਜਾਂ ਹੈਰੀਡਿਟੀ ਨੂੰ ਤੇ ਇਹਦੇ ਵਿੱਚੋਂ ਇਹਦਾ ਮਤਲਬ ਜਾਂ ਮਾਪੇ ਆਏਗਾ ਜਾਂ ਐਂਸੈਸਟਰ ਆਏਗਾ ਰਾਈਟ ਆਨਸਰ ਇਜ਼ ਐਂਸੈਸਟਰ ਪੁਰਖ ਉਸਨੇ ਕਿਹਾ ਸੀ ਕਿ ਫੋਰ ਐਗਜ਼ਾਮਪਲ ਕਹਿੰਦਾ ਇੱਕ ਜਿਹੜਾ ਬੱਚਾ ਹੈ ਪੂਰੇ ਰੰਗ ਦੀਆਂ ਅੱਖਾਂ ਹਨ ਮੰਨ ਲਓ ਮਾਪਿਆਂ ਦੀਆਂ ਮੰਨ ਲਓ ਪੂਰੇ ਰੰਗ ਦੀਆਂ ਅੱਖਾਂ ਹਨ ਇਹ ਅੱਖਾਂ ਪੂਰਾ ਤਾਂ ਨਹੀਂ ਇੱਥੇ ਰੰਗ ਜਿਹੜਾ ਬੱਚਾ ਹੈ ਉਹ ਨੀਲੀਆਂ ਅੱਖਾਂ ਵਾਲਾ ਮੰਨ ਲਓ ਹੋ ਗਿਆ ਇੱਥੇ ਕਰਤਾ ਨੀਲੀ ਅੱਖ ਵਾਲਾ ਹੈਨਾ ਤੇ ਕਹਿੰਦਾ ਹੈ ਕਿ ਇਹ ਜਿਹੜਾ ਗੁਣ ਹੈ ਨੀਲੀ ਅੱਖ ਉਹ ਇਮੀਡੀਏਟ ਪੇਰੈਂਟਸ ਤੋਂ ਨਹੀਂ ਆਇਆ ਮਾਪਿਆਂ ਤੋਂ ਨਹੀਂ ਆਇਆ ਉਹਦੇ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਦਾ ਕੋਈ ਆਇਆ ਇਟ ਮੀਨਸ ਐਂਸੈਸਟਰਸ ਦੇ ਜੀਨਸ ਵੀ ਬੱਚੇ ਵਿੱਚ ਜਿਹੜੇ ਨੇ ਇਨਫਲੂਐਂਸ ਪਾਉਂਦੇ ਨੇ ਇਹ ਐਗਜ਼ਾਮਪਲ ਨਾਲ ਇਸ ਨੂੰ ਸਮਝਿਆ ਜਾ ਸਕਦਾ ਹੈ ਅੱਗੇ ਚੱਲਦੇ ਹਾਂ ਅ ਨੈਕਸਟ ਕੁਐਸਚਨ ਹੇਠ ਲਿਖਿਆਂ ਵਿੱਚੋਂ ਅ ਅੱਛਾ ਵਿਚ ਆਫ ਦ ਫੋਲੋਇੰਗ ਡਿਟਰਮਾਈਨਸ ਅ ਚਾਈਲਡਸ ਫਿਜ਼ੀਕਲ ਟ੍ਰੇ ਇਨ੍ਹਾਂ ਵਿੱਚੋਂ ਕਿਹੜੀ ਚੀਜ਼ ਬੱਚੇ ਦੀ ਸਰੀਰਕ ਗੁਣਤਾ ਨੂੰ ਨਿਰਧਾਰਿਤ ਕਰਦੀ ਹੈ ਜੀਨਸ ਕਰਦੇ ਆ এনवायरमेंट ਕਰਦੇ ਆ ਫੂਡ ਕਰਦੇ ਆ এডੂਕੇਸ਼ਨ ਕਰਦੀ ਆ ਸਰੀਰਕ ਹਾਈਟ weight no doubt ਵਾਤਾਵਰਨ ਵੀ ਕਰਦਾ ਹੈ ਪਰ ਜ਼ਿਆਦਾ ਕੌਣ ਕਰਦਾ ਹੈ ਹੈਨਾ ਇੱਥੇ ਇਹ ਸੋਚਣਾ ਹੈ ਇੱਥੇ ਕੀ ਕਿਹੜਾ ਕੁਐਸਚਨ ਬਣ ਗਿਆ ਅ ਬੈਸਟ ਆਨਸਰ ਹੋ ਸਕਦਾ ਐਨਵਾਇਰਨਮੈਂਟ ਫੂਡ ਵੀ ਕਰਦਾ ਐ ਐਜੂਕੇਸ਼ਨ ਫਿਜ਼ੀਕਲ ਨੂੰ ਨਹੀਂ ਕਰੇਗੀ ਤੋ ਬੱਚਾ ਟੀਚਰ ਜਿਹੜਾ ਹੈ ਉਹ ਖਿੱਚ ਕੇ ਹਾਈਟ ਨਹੀਂ ਹੁਣ ਵਧਾ ਸਕਦਾ ਫੂਡ ਜਿੰਨਾ ਮਰਜੀ ਖਾ ਲੋ ਕਿੰਨੀ ਹਾਈਟ ਵਧਾ ਲੋਗੇ ਹਾਂ ਜੇ ਮਾਪੇ ਬਹੁਤ ਲੰਬੇ ਨੇ ਅਮਤਾਬਚਨ ਹਨ ਦੋਨੇ ਮਾਪੇ ਤੇ ਉਹ ਬੱਚਾ ਅਮਤਾਬਚਨ ਵਰਗਾ ਕਿਹੜੇ ਕੀ ਨਾਮ ਆ ਉਹਨਾਂ ਦੇ ਬੱਚੇ ਦਾ ਉਦਾਂ ਦਾ ਹੀ ਹੋਏਗਾ ਸੋ ਜੀਨਸ ਰਾਈਟ ਆਨਸਰ ਹੈ ਇੱਥੇ ਇਹ ਕਿਉਂਕਿ ਫੂਡ ਵੀ ਐਨਵਾਇਰਨਮੈਂਟ ਸੀ ਐਜੂਕੇਸ਼ਨ ਵੀ ਐਨਵਾਇਰਨਮੈਂਟ ਸੀ ਇਹਨਾਂ ਦਾ ਦੇਖਿਆ ਕਿ ਹਾਈਟ ਤੇ ਇਫੈਕਟ ਨਹੀਂ ਹੋ ਸਕਦਾ ਅੱਖਾਂ ਨਹੀਂ ਉਹਨਾਂ ਨੂੰ ਦੀਆਂ ਜਿਹੜੀਆਂ ਹੈ ਪਰਵਰਤਤ ਕਰ ਦੇਣਗੇ ਸੋ ਇਹ ਜਿਹੜਾ ਫਿਜ਼ੀਕਲ ਟ੍ਰੇਟ ਨੇ ਉਹ ਲਾਰਜਲੀ ਜੀਨਸ ਜਾਂ ਹੈਰਿਡਿਟੀ ਜਾਂ ਨੇਚਰ ਤਿੰਨ ਉਹਨਾਂ ਆਪਸ਼ਨ ਵੱਖਰੇ ਵੱਖਰੇ ਹੋ ਸਕਦੇ ਆ ਉਹ ਸਹੀ ਹੋਏਗਾ ਹੂ ਡਿਟਰਮਾਈਨਸ ਦਾ ਸੈਕਸ ਆਫ ਅ ਚਾਈਲਡ ਅਕੋਰਡਿੰਗ ਟੂ ਹੈਰਿਡਿਟੀ ਪ੍ਰਿੰਸੀਪਲਸ ਕੌਣ ਕਰਦਾ ਹੈ ਮੰਮੀ ਪਾਪਾ ਮੰਮੀ ਕਿ ਪਾਪਾ ਜਾਂ ਦੋਨੇ ਜਾਂ ਐਨਵਾਇਰਨਮੈਂਟ ਐਨਵਾਇਰਨਮੈਂਟ ਤਾਂ ਨਹੀਂ ਹੈ ਇਹ ਪੱਕਾ ਹੈ ਪਤਾ ਇਸ ਨੂੰ ਕਰਾਸ ਕਰ ਦਿੱਤਾ ਜਾਏ ਫਿਰ ਕੋਨ ਮਦਰ ਨਹੀਂ ਮਦਰ ਕੋ ਸਿਰਫ ਐਕਸ ਕਰੋਮੋਸੋਮ ਹਨਾ ਫਾਦਰ ਕੋ ਐਕਸ ਤੇ ਵਾਈ ਇਹ ਪਤਾ ਹੈ ਜੇ ਪਿਤਾ ਵੱਲੋਂ ਜਿਹੜਾ ਹੈ ਐਕਸ ਮਿਲਿਆ ਤੇ ਐਕਸ ਐਕਸ ਇਹ ਨੰਨੀ-ਮੁੰਨੀ ਬੱਚੀ ਆ ਗਈ ਗਰਲ ਚਾਈਲਡ ਆ ਗਿਆ ਹਨਾ ਜੇ ਵਾਈ ਮਿਲਦਾ ਹੈ ਫਿਰ ਲੜਾਈਆਂ ਕਰਨ ਵਾਲਾ ਬੇਟਾ ਆ ਗਿਆ ਬੋ ਆ ਗਿਆ ਨਹੀਂ ਨਹੀਂ بیٹے ਵੀ ਸਾਰੇ ਅੱਛੇ ਆ ਸੋ ਇਸ ਲਈ ਇਹ ਪਾਪਾ ਅੱਛਾ ਨਵੀਂ ਰਿਸਰਚ ਕੀ ਕਹਿ ਰਹੀ ਹੈ ਤੁਸੀਂ ਹੈਰਾਨ ਹੋਗੇ ਵਾਈ ਕਰੋਮੋਸੋਮ ਹੀ ਕੱਟ ਰਿਹਾ ਹੈ ਨਵੀਆਂ ਜਨਰੇਸ਼ਨ ਚ ਮਤਲਬ ਆਉਣ ਵਾਲੇ ਫੀਚਰ ਵਿੱਚ ਮੈਂ ਰਿਸਰਚ ਇੱਥੇ ਐਗਜ਼ੈਕਟ ਕੋਟ ਨਹੀਂ ਕਰ ਸਕਦਾ ਕਿ ਆਉਣ ਵਾਲੀਆਂ ਜਨਰੇਸ਼ਨ ਚ ਪ੍ਰੋਬੈਬਿਲਟੀ ਹੈ ਕਿ ਲੜਕੀਆਂ ਜ਼ਿਆਦਾ ਜਨਮ ਲੈਣ ਸੋ ਇਹ ਪ੍ਰੋਬੈਬਿਲਟੀ ਹੈ ਸੋ ਇਹ ਕੁਝ ਇੱਕ ਕੁਐਸ਼ਨਸ ਹਨ ਅੱਗੇ ਵੀ ਜਿਹੜੇ ਹੋਣਗੇ ਅਸੀਂ ਪਿਆਜੇ ਹੈ ਵੈਗੋਸਕੀ ਹੈ ਕੋਲਬਰਗ ਹੈ ਇੰਟੈਲੀਜੈਂਸ ਹੈ ਮਲਟੀਪਲ ਇੰਟੈਲੀਜੈਂਸ ਹੈ ਇਸ ਤਰ੍ਹਾਂ ਕੁਐਸਚਨ ਡਿਸਕਸ ਕਰਾਂਗੇ ਇਸ ਦੇ ਹੈਰਿਡੀਟੀ ਦੇ ਜਾਂ ਇਹਨਾਂ ਟਾਪਿਕਸ ਦੇ ਹੋਰ ਵੀ ਕੁਐਸਚਨ ਹਨ ਜੇ ਕੋਈ ਤੁਸੀਂ ਚਾਹੁੰਦੇ ਹੋ ਕਿ ਇਸ ਵਿਸ਼ੇ ਤੇ ਹੋਰ ਕੁਐਸਚਨ ਜਿਹੜੇ ਹੈ ਪਿਛਲੇ ਸਾਲਾਂ ਦੇ ਲੱਭ ਕੇ ਹੈਨਾ ਸਟੇਟ ਲੈਵਲ ਦੇ ਟੈਸਟ ਹੈ ਪੀਐਸ ਟੈਟ ਹੈ ਸੀਟੈਟ ਹੈ ਉਹਨਾਂ ਚੋਂ ਲੱਭ ਕੇ ਡਿਸਕਸ ਕੀਤੇ ਜਾਣ ਤਾਂ ਮੈਂ ਕਰਦਾਗਾ ਥੈਂਕ ਯੂ ਡਾਕਟਰ ਪੀਰ ਸਿੰਘ ਲਾਂਟ ਟੂ ਐਕਚੁਅਲਾਈਜ਼